हेलो हाँ जी वेरी गुड इवनिंग स्टूडेंट्स टेल मी एम आई ऑडिबल दस्यो जी स्टार्ट करिए सॉरी फॉर गेटिंग लेट कुछ लिंक की प्रॉब्लम हो गई सी दैट्स वाई गोट लेट मैं दस्यो इज़ एवरीथिंग फाइन देयर इज़ एवरीथिंग फाइन देयर चलो जी स्टार्ट कर दें ਹਾਂਜੀ ਅੱਜ ਅਸੀਂ ਜਿਵੇਂ ਕੱਲ ਸਟਾਰਟ ਕੀਤਾ ਸੀ ਹਿਸਟਰੀ ਦੀ ਟਾਈਮ ਲਾਈਨ ਤਾਂ ਉਸੇ ਨੂੰ ਕੰਟੀਨਿਊ ਕਰਦੇ ਹਾਂ ਹਿਸਟਰੀ ਆਫ ਇੰਡੀਆ ਤਾਂ ਚਲੋ ਜੀ ਹਾਂਜੀ ਹਾਂਜੀ ਚਲੋ ਜੀ ਹਾਂਜੀ ਹਿਸਟਰੀ ਆਫ ਇੰਡੀਆ ਅਸੀਂ ਡਿਸਕਸ ਕਰਦੇ ਹਾਂ ਤਾਂ ਹਿਸਟਰੀ ਆਫ ਇੰਡੀਆ ਚ ਜਿਹੜੀਆਂ ਚੀਜ਼ਾਂ ਅਸੀਂ ਡਿਸਕਸ ਕੀਤੀਆਂ ਸੀ 7500 ਬੀਸੀ ਚ ਸਿਵਲਾਈਜੇਸ਼ਨ ਐਟ ਗਲਫ ਆਫ ਖੰਬਤ 2500 ਤੋਂ 1500 ਬੀਸੀ ਦੇ ਵਿੱਚ ਇੰਡਸ ਵੈਲੀ ਸਿਵਲਾਈਜੇਸ਼ਨ 2000 ਤੋਂ 1500 ਦੇ ਵਿੱਚ ਆਰੀਅਨਸ ਆ ਗਏ ਸੀ ਸੈਂਟਰਲ ਏਸ਼ੀਆ ਦੇ ਵਿੱਚ 1500 ਤੋਂ 1000 ਦੇ ਵਿੱਚ ਏ ਅਰਲੀ ਰਿਗਵੇਦਿਕ ਏਜ ਜਾਂ ਇਹਨੂੰ ਆਪਾਂ ਬੋਲਦੇ ਨੇ ਆ ਵੈਦਿਕ ਏਜ 1000 ਤੋਂ 500 ਦੇ ਵਿੱਚ ਲੇਟਰ ਵੈਦਿਕ ਏਜ ਜਿੰਦੇ ਚ ਸਾਮਵੇਦ ਯਜੁਰਵੇਦ ਅਰਥਵੈਦ ਬ੍ਰਾਹਮਣ ਜ਼ਰਿਆੰਕ ਸੰਮਿਤਾ ਵਗੈਰਾ ਲਿਖੇ ਗਏ ਫਿਰ ਅਸੀਂ ਗੋਤਮ ਬੁੱਧਾ ਡਿਸਕਸ ਕੀਤਾ ਸੀ ਇਹ ਆਪਾਂ ਪਿਛਲਾ ਦੇਖ ਰਹੇ ਆ ਅੱਜ ਵਾਲਾ ਇਸ ਤੋਂ ਬਾਅਦ ਸਟਾਰਟ ਕਰਦੇ ਫਿਰ ਅਸੀਂ ਗੋਤਮ ਬੁੱਧ ਦੇ ਬਾਰੇ ਡਿਸਕਸ ਕੀਤਾ ਸੀ ਜਿਨ੍ਹਾਂ ਦਾ ਜਨਮ ਲੁੰਬਨੀ ਵਿੱਚ ਹੋਇਆ ਠੀਕ ਹੈ ਨੋਲੇਜ ਦੀ ਪ੍ਰਾਪਤੀ ਹੋਈ ਬੁੱਧ ਗਿਆ ਬਿਹਾਰ ਵਿੱਚ ਪਹਿਲਾ ਸਰਬੰਧ ਦਿੱਤਾ ਸਾਰਨਾਥ ਵਿੱਚ ਠੀਕ ਹੈ ਫਿਰ ਮਹਾਵੀਰ ਜੈਨ ਦੇ ਬਾਰੇ ਡਿਸਕਸ ਕੀਤਾ ਫਿਰ ਰੂਲ ਆਫ ਆਜਾਤ ਸ਼ਤਰੂ ਹਰੀਆਕ ਡੈਂਸਟੀ ਡਿਸਕਸ ਕੀਤੀ ਮੈਨੂੰ ਦੱਸਿਆ ਜੋ ਡੈਂਸਟੀ ਦਾ ਆਰਡਰ ਕੀ ਕੀ ਸੀ ਮੈਂ ਬੋਲਦਾ ਫਰਯੰਕ ਸੀ ਇੱਕ ਨੰਦ ਸੀ ਸ਼ੀਸ਼ੂਨਾਗ ਸੀ ਔਰ ਬ੍ਰਿਧਰਤ ਸੀ ਇਹਨਾਂ ਦਾ ਆਰਡਰ ਦੱਸਿਆ ਜੋ ਕਮੈਂਟ ਬਾਕਸ ਵਿੱਚ ਜਲਦੀ ਨਾਲ ਦੱਸਿਆ ਜੋ ਕੀ ਆਰਡਰ ਸੀ ਇਹਨਾਂ ਦਾ ਹਾਂਜੀ ਰੂਲੋ ਫਰਨੰਡ ਠੀਕ ਹੈ ਫੇਰ ਅਸੀਂ ਇੱਥੇ ਤੱਕ ਡਿਸਕਸ ਕੀਤਾ ਸੀ ਇਨਵੇਸ਼ਨ ਆਫ ਇੰਡੀਆ ਬਾਏ ਅਲੈਗਜ਼ੈਂਡਰ ਆਫ ਹਾਈ ਹਾਈਡੇ ਪੇਸਿਸ ਠੀਕ ਹੈ ਇੱਥੇ ਤੱਕ ਡਿਸਕਸ ਕੀਤਾ ਸੀ ਤਾਂ ਚਲੋ ਜੀ ਅੱਜ ਤੋਂ ਅੱਗੇ ਡਿਸਕਸ ਕਰਦੇ ਆ ਉਹ ਜੋ ਪਿਕਚਰਸ ਦੇ ਰਹੀ ਪਿਕਚਰਸ ਦੇਖਦੇ ਆ ਉਹ ਨਾਲ ਨਾਲ ਸਟੋਰੀ ਨੂੰ ਸਮਝਾਂਗੇ ਠੀਕ ਹੈ ਜੀ ਜਿਹੜੀ ਹਿਸਟਰੀ ਨੂੰ ਇਸ ਤਰ੍ਹਾਂ ਵੀ ਦੇਖ ਲੈਣੇ ਆ ਵੀ ਪਹਿਲੇ ਸਟੋਨ 에ਜ ਦੇ ਵਿੱਚ ਪੈਲੀਓਲੀਥਿਕ 에ਜ ਪੂਰਨ ਪਸ਼ਾਨ ਕਾਲ ਮੱਧ ਪਸ਼ਾਨ ਕਾਲ ਔਰ ਨਿਊਲੀਥਿਕ ਨਵ ਪਸ਼ਾਨ ਕਾਲ ਪੈਲੀਓਲੀਥਿਕ 에ਜ ਮੈਸੋਲੀਥਿਕ 에ਜ ਨਿਊਲੀਥਿਕ 에ਜ ਫਿਰ ਚੈਲਕੋਲੀਥਿਕ 에ਜ ਚੈਲਕੋਲੀਥਿਕ 에ਜ ਤੋਂ ਬਾਅਦ ਇੰਡਸ ਵੈਲੀ ਸਿਵਲਾਈਜੇਸ਼ਨ ਆ ਗਈ ਫਿਰ ਆਇਰਨ 에ਜ ਆ ਗਈ ਫਿਰ ਵੈਦਿਕ ਪੀਰੀਅਡ ਆਇਆ ਅਰਲੀ ਵੈਦਿਕ ਲੇਟਰ ਵੈਦਿਕ ਫਿਰ ਪ੍ਰੀ ਮੋਰੀਅਨ 에ਜ ਆ ਗਈ ਫਿਰ ਮੋਰਿਆਂ ਨੰਪਾਇਰ ਪੜਾਂਗੇ ਪੋਸਟ ਮੋਰਿਆਂ ਗੁਪਤਾ ਫਰਸ਼ਾ ਠੀਕ ਹੈ ਫਿਰ ਦੱਖਣ ਵਾਲੇ ਪਾਸੇ ਜਿਹੜੀਆਂ ਡਾਇਨਸਟੀਆਂ ਹੋਈਆਂ ਚੋਲਾਸ ਵਗੈਰਾ ਸਤਵਾਨਾ ਪੱਲਵ ਚਾਲੁਕਯਾ ਠੀਕ ਹੈ ਤਾਂ ਇਹ ਸਾਰੀਆਂ ਚੀਜ਼ਾਂ ਆਪਾਂ ਦੇਖਾਂਗੇ ਚਲੋ ਜੀ ਦੇਖਦੇ ਹਾਂ ਅੱਜ ਦਾ ਟਾਈਮ ਲਾਈਨ ਨੂੰ ਐਵੇਂ ਵੀ ਦੇਖ ਸਕਦੇ ਆ ਦੇਖਾਂਗੇ ਇਹਨੂੰ ਵੀ ਦੁਆਰਾ ਚਲੋ ਜੀ ਅੱਜ ਆਪਾਂ ਸਟਾਰਟ ਕਰਦੇ ਆ ਜਿੱਥੇ ਤੱਕ ਅਸੀਂ ਡਿਸਕਸ ਕਰ ਲਿਆ ਸੀ ਉਸ ਤੋਂ ਬਾਅਦ ਮੋਰੀਆ ਡਾਇਨਸਟੀ ਸਟਾਰਟ ਹੋਗੀ ਤਾਂ ਮੋਰੀਆ ਡਾਇਨਸਟੀ ਦੀ ਟਾਈਮ ਲਾਈਨ ਜ਼ਰੂਰ ਸੈੱਟ ਹੋਣੀ ਚਾਹੀਦੀ ਹੈ ਮਾਈਂਡ ਵਿੱਚ 322 ਤੋਂ ਲੈ ਕੇ 298 ਤੱਕ ਤਾਂ ਚੰਦਰਗੁਪਤ ਮੋਰੀਆ ਹੈ 322 ਤੋਂ ਲੈ ਕੇ 298 ਠੀਕ ਹੈ ਤਾਂ ਦੇਖੋ ਮੋਰੀਆ एंपਾਇਰ ਮੋਰੀਆ एंपਾਇਰ ਦੀ ਜਾਣਕਾਰੀ ਕਿੱਥੋਂ ਕਿੱਥੋਂ ਮਿਲੀ ਸਾਨੂੰ इंपायर कोटिलिया के दे तू मुद्रा राक्षसा इंडिका इन्हों तीन जानकारी मिलती है मौर्यंस दी, कितु कितु कोटिल दा अर्थशास्त्र मुद्रा राक्षस और इंडिका बुक इंडिका बुक किंदी है मुद्रा राक्षस कि इस तुवा इलावा द साइलोन्स क्रोनीकल जेरे श्रीलंका दे कुछ क्रोनीकल है ਦੀਪ ਵੰਸਾ ਤੇ ਮਹਾ ਵੰਸਾ ਉਹਨਾਂ ਤੋਂ ਤੇ ਅਸ਼ੋਕਾ ਦੇ ਜਿਹੜੇ ਐਡਿਕਟ ਹੈ ਉਹਨਾਂ ਤੋਂ ਵੀ ਜਾਣਕਾਰੀ ਮਿਲਦੀ ਹੈ ਮੋਰਿਆਂਸ एंपਾਇਰ थी ਮੋਰਿਆਂਸ एंपਾਇਰ ਦੇ ਜਿਹੜੇ ਲੀਡਰ ਨੇ ਕੌਣ-ਕੌਣ ਹੈ ਚੰਦਰਗੁਪਤ ਮੋਰੀਆ ਹੈ 322 ਤੋਂ 298 ਤੱਕ ਫਿਰ ਬਿੰਦੂਸਾਰ ਆ ਗਿਆ ਔਰ ਫਿਰ ਅਸ਼ੋਕਾ ਆ ਗਿਆ ਤੇ ਇਹਨਾਂ ਦੀ ਕਰੋਨੋਲੋਜੀ ਚੰਦਰਗੁਪਤ ਮੋਰੀਆ ਬਿੰਦੂਸਾਰ ਔਰ ਅਸ਼ੋਕ ਠੀਕ ਹੈ ਚੰਦਰ ਬਿੰਦੂ ਅਸ਼ੋਕਾ ਯਾਦ ਰੱਖਿਆ ਹੋਇਆ ਸੀ ਮੈਂ ਮੈਨੂੰ ਯਾਦ ਰੱਖਿਆ ਸੀ ਚੰਦਰ ਬਿੰਦੂ ਅਸ਼ੋਕਾ ਚੰਦਰ ਬਿੰਦੂ ਅਸ਼ੋਕਾ ਠੀਕ ਹੈ ਤਾਂ ਚੰਦਰ ਗੁਪਤ ਮੋਰਿਆ ਬਿੰਦੂ ਸਾਰ ਔਰ ਅਸ਼ੋਕਾ ਹਾਂਜੀ ਮੋਰਿਆਨ ਐਡਮਿਨਿਸਟ੍ਰੇਸ਼ਨ ਔਰ ਅਸ਼ੋਕਾ ਦੀ ਲਾਈਫ ਵਿੱਚ ਜਿਹੜਾ ਚੇਂਜ ਆਇਆ ਉਹ ਕਲਿੰਗਾ ਦੀ ਵਾਰ ਤੋਂ ਆਇਆ ਉਹਦੀ ਸੋਚ ਬਦਲ ਗਈ ਠੀਕ ਹੈ ਭਮ ਵਿਜੇ ਹੋ ਗਈ ਉਸ ਦੀ ਅਪਰੋਚ ਅਸ਼ੋਕਾ ਐਂਡ ਬੁੱਧਿਜ਼ਮ ਧੰਮਾ ਪੋਲਿਸੀ ਆਫ ਅਸ਼ੋਕਾ ਠੀਕ ਹੈ ਜੀ ਤਾਂ ਜਿਹੜੀ ਹੱਲੇ ਤੱਕ ਅਸੀਂ ਕ੍ਰੋਨੋਲੋਜੀ ਕੀਤੀ ਹੈ ਉਹਦੇ ਚ ਅਸੀਂ ਗਲਫ ਆਫ ਖੰਬਰ ਤੂ ਚੱਲੇ ਸੀ ਗਲਫ ਆਫ ਖੰਬਰ ਤੂ ਚਲਦੇ ਗਏ ਮੇੜਗੜ ਆ ਗਿਆ ਫਿਰ ਅਸੀਂ ਡਿਸਕਸ ਕੀਤਾ ਇੰਡਸ ਵੈਲੀ ਸਿਵਲਾਈਜੇਸ਼ਨ ਇੰਡਸ ਵੈਲੀ ਸਿਵਲਾਈਜੇਸ਼ਨ ਤੋਂ ਬਾਅਦ ਅ अर्ली ਵੈਦਿਕ এজ ਫਿਰ ਲੇਟਰ ਵੈਦਿਕ এজ ਠੀਕ ਹੈ ਫਿਰ ਮਹਾਜਨਪਦ ਦਾ ਸਮਾਂ ਦੇ ਵਿੱਚ ਆ ਗਿਆ ਸੀ ਉਸ ਤੋਂ ਬਾਅਦ ਜਿਹੜਾ ਮਗਧ एंपਾਇਰ ਸਟਾਰਟ ਹੋਇਆ ਤਾਂ ਮਗਧ एंपਾਇਰ ਦੇ ਵਿੱਚ ਆ ਗਿਆ ਮੋਰੀਆ एंपਾਇਰਸ ਮੋਰੀਆਸ ਆ ਗਏ ਹਾਂਜੀ ਮੋਰੀਆਸ ਤੋਂ ਬਾਅਦ ਇਹ ਧਿਆਨ ਰੱਖਿਆ ਜੋ 90s ਦੇ 90 BC ਦੇ ਵਿੱਚ 90 BC ਦੇ ਵਿੱਚ ਸ਼ਾਕਾਸ ਨੇ ਇੰਡੀਆ ਦੇ ਉੱਤੇ ਹਮਲਾ ਕੀਤਾ ਸ਼ਾਕਾਸ ਠੀਕ ਹੈ ਤਾਂ ਦੇਖਿਆ ਜੋ ਸ਼ੱਕ ਕਿਹਦੇ ਪਾਸੂ ਆਏ ਸੀ ਐਸ ਪਾਸੂ ਆਏ ਸੀ ਸ਼ੱਕ ਠੀਕ ਹੈ ਔਰ ਐਸ ਥਾਂ ਤੇ ਕਬਜ਼ਾ ਕਰ ਲਿਆ ਨਾ ਨੇ ਠੀਕ ਹੈ ਇੰਡੋਸੀਥੀਅਨ ਕਿੰਗਡਮ ਆ ਦੇਖੋ ਇੰਡੀਆ ਦਾ ਉੱਪਰ ਵਾਲਾ ਪਾਸਾ ਇੱਥੇ ਇਹਨਾਂ ਦਾ ਕਬਜ਼ਾ ਹੋ ਗਿਆ ਸੀ ਇੰਡੋਸੀਥੀਅਨ ਕਬਜ਼ੇ ਮੈਨੂੰ ਦੱਸਿਆ ਜੋ ਸਾਨਾ ਪਹਿਲੇ ਸੋਨੇ ਦੇ ਸਿੱਕੇ ਕਿੰਨਾ ਨੇ ਜਾਰੀ ਕੀਤੇ ਦੱਸਿਆ ਜੋ ਸਾਨਾ ਪਹਿਲੇ ਸੋਨੇ ਦੇ ਸਿੱਕੇ ਕਿੰਨਾ ਨੇ ਜਾਰੀ ਕੀਤੇ ਤਾਂ ਇੰਡੋਸੀਥੀਅਨ ਸ਼ਾਕਾਸ ਡਾਇਨਸਟੀ ਦਾ ਟਾਈਮ ਦੇਖ ਲੋ ਇਹਨਾਂ ਦੀ ਟਾਈਮ ਲਾਈਨ 200 BC ਤੋਂ ਲੈ ਕੇ 200 BC ਤੋਂ ਲੈ ਕੇ 400 CE ਤੱਕ 400 ਸੀ ਦਾ ਔਰ ਮੈਨੂੰ ਇੱਕ ਗ੍ਰੇਟ ਰੂਲਰ ਦੱਸਿਆ ਜੋ ਸ਼ਾਕਾਸ ਦਾ ਸ਼ਾਕਾਸ ਦਾ ਕੋਈ ਗ੍ਰੇਟ ਰੂਲਰ ਤੁਹਾਨੂੰ ਪਤਾ ਹੋਵੇ ਦੱਸਿਆ ਜੋ ਇਸ ਤੋਂ ਬਾਅਦ ਸ਼ਾਕਾਸ ਤੋਂ ਬਾਅਦ ਅੱਗੇ ਇੱਕ ਬੜਾ ਹੀ ਮਹਾਨ ਰਾਜਾ ਹੋਇਆ ਹੈ ਹਿੰਦੂ ਮਹਾਨ ਰਾਜਾ ਠੀਕ ਹੈ ਉਹਨੋਂ ਦੇ ਬਾਰੇ ਇਤਿਹਾਸ ਵਿੱਚ ਜ਼ਿਕਰ ਨਹੀਂ ਮਿਲਦਾ ਪਰ ਉਹਨੇ ਆਪਣਾ ਕੈਲੰਡਰ ਜਾਰੀ ਕੀਤਾ ਸੀ ਔਰ ਲਗਭਗ ਅੱਧੀ ਦੁਨੀਆ ਜਿੱਤੀ ਸੀ ਇਹ ਪਰਸਨ ਨੇ ਇਹ ਪਰਸਨ ਹੈ ਵਿਕਰਮਾਦਿੱਤ ਇਹ ਪਰਸਨ ਹੈ ਵਿਕਰਮਾਦਿੱਤ ਸਮਝਾ ਜੋ ਵਿਕਰਮਾਦਿੱਤਿਆ ਦੀ ਹਿਸਟਰੀ 58 ਵਿਕਰਮੀ ਸੰਵਤ ਇੰਟਰੋਡਿਊਸਡ ਬਾਈ ਕਿੰਗ ਵਿਕਰਮਾਦਿੱਤ ਆਫ ਉਜੈਨ ਵਿਕਰਮਾਦਿੱਤਿਆ ਸੰਵਤ 우ਜੈਨ ਦੇ ਰਾਜਾ ਵਿਕਰਮਾਦਿੱਤਿਆ ਨੇ ਸ਼ੁਰੂ ਕੀਤਾ ਇਹ ਸਮਝ ਲਓ ਇਹਨੂੰ 52 BC ਜਾਂ 58 BC ਦੇ ਵਿੱਚ ਕੈਲੰਡਰ ਸ਼ੁਰੂ ਕੀਤਾ ਕਿੰਨੇ ਵਿਕਰਮਾਦਿੱਤਿਆ ਨੇ ਇਹਨੂੰ ਵਿਕਰਮੀ ਯ era ਕਹਿੰਦੇ ਆ ਬੇਟਾ ਕੈਲੰਡਰ ਜਿਹੜੇ ਚਾਰ ਚੱਲਦੇ ਨਾ ਬੜੇ ਮੇਨ ਕੈਲੰਡਰ ਚੱਲਦੇ ਆ ਇੱਕ ਤਾਂ ਜੋਰਜੀਅਨ ਕੈਲੰਡਰ ਜਿੰਦੇ ਹਿਸਾਬ ਨਾਲ ਆਪਾਂ 2023 ਮਨਾ ਰਹੇ ਆ ਇੱਕ ਵਿਕਰਮੀ ਕੈਲੰਡਰ ਜੇ ਮੈਂ ਵਿਕਰਮੀ ਕੈਲੰਡਰ ਦੇਖਾਂ ਅੱਜ ਦਾ ਤਾਂ ਬੇਟਾ 2023 ਸਾਲ ਤਾਂ ਇਹ ਹੋ ਗਏ ਤੇ 52 ਸਾਲ 52 58 ਸਾਲ ਪਿੱਛੇ ਵੀ ਹੈਗੇ ਤੇ ਅੱਜ ਦਾ ਜੇ ਮੈਂ ਵਿਕਰਮੀ ਕੈਲੰਡਰ ਬਣਾਵਾਂ ਤਾਂ 2023 ਪਲੱਸ 52 ਨਾਲ ਬੰਦਾ 댓 ਮੀਨ 2080 ਚੱਲ ਰਿਹਾ ਹੈ ਵਿਕਰਮੀ ਕੈਲੰਡਰ ਦੇ ਅਕੋਰਡਿੰਗ ਵਿਕਰਮੀ ਕੈਲੰਡਰ ਦੇ ਅਕੋਰਡਿੰਗ ਕੀ ਚੱਲ ਰਿਹਾ 2080 ਤੋਂ ਵਿਕਰਮਾ ਦਿੱਤੇ ਰਾਜਾ ਨੂੰ ਸਮਝਦੇ ਆ ਵਿਕਰਮਾ ਦਿੱਤੇ ਆ ਜਿਹੜਾ ਹਿੰਦੂ ਰਾਜਾ ਹੋਇਆ ਬੜਾ ਮਹਾਨ ਰਾਜਾ you know who made india ਤੁਹਾਨੂੰ ਪਤਾ ਹੈ ਵੀ ਭਾਰਤ ਨੂੰ ਇੰਡੀਆ ਨੂੰ ਸੋਨੇ ਦੀ ਚੀੜੀ ਕਿੰਨੇ ਬਣਾਇਆ ਇਟ ਵਾਸ ਮੇਡ ਬਾਈ ਦਾ ਮੋਸਟ ਪਾਵਰਫੁਲ ਕਿੰਗ ਵਿਕਰਮਾਦਿੱਤਿਆ ਇਹ ਸੋਨੇ ਦੀ ਚੀੜੀ ਬਣਾਉਣ ਦਾ ਜਿਹੜਾ ਦਾਮੋਦਾਰ ਜਾਂਦਾ ਹੈ ਜਿਹੜਾ ਕ੍ਰੈਡਿਟ ਜਾਂਦਾ ਹੈ ਉਹ ਕਿੰ ਨੂੰ ਦਿੰਦਾ ਜਾਂਦਾ ਹੈ ਰਾਜਾ ਵਿਕਰਮਾਦਿੱਤਿਆ ਨੂੰ ਆਫਟਰ ਲੋੜ ਰਾਮ ਵਿਕਰਮਾਦਿੱਤਿਆ ਇਸ ਕਨਸੀਡਰਡ ਐਸ ਦਾ ਬੈਸਟ ਰੂਲਰ ਭਗਵਾਨ ਰਾਮ ਤੋਂ ਬਾਅਦ ਵਿਕਰਮਾਦਿੱਤਿਆ ਨੂੰ ਮਹਾਨ ਸ਼ਾਸਕ ਗਿਨਿਆ ਜਾਂਦਾ ਹੈ ਡੂਰਿੰਗ ਹਿਸ ਟਾਈਮ ਇੰਡੀਆ ਵਾਸ ਵੈਲਥੀਐਸਟ ਕੰਟਰੀ ਇਨ ਦਾ ਵਰਲਡ ਵਿਕਰਮਾਦਿੱਤਿਆ ਦੇ ਸਮੇਂ ਭਾਰਤ ਪੂਰੀ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਸੀ ਹੀ ਆਲਮੋਸਟ ਰੂਲਡ ਹੋਲ ਏਸ਼ੀਆ ਹਿਸ బిਗੇਸਟ ਐਨਮੀ ਵਾਸ ਸ਼ਾਕਾਸ ਪੂਰੇ ਏਸ਼ੀਆ ਦੇ ਵਿੱਚ ਇੱਕ ਛਤਰ ਰਾਜ ਸੀ ਔਰ ਇਹਨਾਂ ਦੇ ਜਿਹੜੇ ਐਨੀਮੀ ਸੀ ਉਹ ਸ਼ਾਕਾਸ ਸੀ ਐਨ ਇਰਾਨੀਅਨ ਕਿੰਗ ਵਾਟ ਸ਼ਾਕਾਸ ਫੇਲ ਟੂ ਡੀਫੀਟ ਕਿੰਗ ਵਿਕਰਮਾਦਿੱਤਿਆ ਠੀਕ ਹੈ ਤਾਂ ਵਿਕਰਮਾਦਿੱਤਿਆ ਥਿਸ ਇਜ਼ ਦਾ ਵਾਸਟ एंपायर ਦੋ ਚੱਕਰਵਤੀ एंपायर ਦੇਖੋ ਦੁਨੀਆ ਦੇ ਉੱਤੇ ਕਬਜ਼ਾ ਸੀ ਵਿਕਰਮਾਦਿੱਤਿਆ ਦਾ ਦੁਨੀਆ ਦੇ ਉੱਤੇ ਕਬਜ਼ਾ ਏਸ਼ੀਆ ਲਗਭਗ ਸਾਰਾ ਹੀ विक्रमादित्य ऑफ उज्जैन व्हिच वाज स्प्रेड अक्रॉस एशिया एंड मिडिल ईस्ट एज फार एज बैक्टीरिया तक शासन ਹੈਗਾ ਸੀ ਬਟ نو ਮੈਂਸ਼ਨ ਆਫ दिस ग्रेट हिंदू एंपायर इन इंडियन ਸਕੂਲ ਬੁక్స్ ਪਰ ਭਾਰਤ ਦੀਆਂ ਕਿਤਾਬਾਂ ਦੇ ਵਿੱਚ ਇਸ ਦਾ ਜ਼ਿਕਰ ਨਹੀਂ ਮਿਲਦਾ ਭਾਰਤ ਦੀਆਂ ਕਿਤਾਬਾਂ ਦੇ ਵਿੱਚ ਇਸ ਦਾ ਜ਼ਿਕਰ ਨਹੀਂ ਮਿਲਦਾ ਮੈਨੂੰ ਦੱਸਿਆ ਜੋ ਕੀ ਇਹ ਸਮਝ ਲੱਗ ਗਿਆ ਵਿਕਰਮਾਦਿੱਤਿਆ ਦੇ ਬਾਰੇ ਰਾਜਾ ਵਿਕਰਮਾਦਿੱਤਿਆ ਹਾਂਜੀ 78 AD ਦੇ ਵਿੱਚ 78 AD ਦੇ ਵਿੱਚ ਕਨਿਸ਼ਕ ਨੇ ਇੱਕ ਕੈਲੰਡਰ ਚਲਾਇਆ ਜਿੰਨੂੰ ਕਹਿੰਦੇ ਆ ਸਾਕਾਈਰਾ ਸਾਕਾਈਰਾ ਜਾਂ ਸ਼ਕਸਾਵੰਤ ਸ਼ਕਸਾਵੰਤ ਠੀਕ ਹੈ ਇਹ ਕਿੰਨੇ ਚਲਾਇਆ ਕਨਿਸ਼ਕ ਨੇ ਚਲਾਇਆ ਕਨਿਸ਼ਕ ਨੇ ਕੈਲੰਡਰ ਚਲਾਇਆ ਦੇਖੋ ਜੀ ਇੱਕ ਜੌਰਜੀਅਨ ਕੈਲੰਡਰ ਹੋ ਗਿਆ ਜਿਸ ਹਿਸਾਬ ਨਾਲ 2023 ਚੱਲ ਰਿਹਾ ਇੱਕ ਵਿਕਰਮੀ ਕੈਲੰਡਰ ਹੋ ਗਿਆ ਜਿਸ ਹਿਸਾਬ ਨਾਲ 2080 ਚੱਲ ਰਿਹਾ ਹੈ ਇੱਕ ਸ਼ੱਕ ਕਲੰਦਰ ਹੋ ਗਿਆ ਸਾਕਾ ਹੀਰਾ ਹੋ ਗਿਆ ਜਿੰਦੇ ਹਿਸਾਬ ਨਾਲ 2023 ਦੇ ਵਿੱਚੋਂ 78 ਘਟਾ ਦੋ ਕਿਉਂਕਿ ਇਹ 0 ਤੋਂ 78 ਸਾਲ ਬਾਅਦ ਸ਼ੁਰੂ ਹੋਇਆ ਸੀ ਉਹ 2023 ਆਪਾਂ ਇਹ ਪੂਰਾ ਗਿਨਿਆ ਆਇਆ 댓 ਮੀਨ ਜੇ ਅੱਜ ਦਾ ਆਪਾਂ ਸ਼ੱਕ ਕਲੰਦਰ ਕਰਨਾ ਹੈ ਤਾਂ ਕਿਵੇਂ ਕੱਢਾਂਗੇ 2023 ਦੇ ਵਿੱਚੋਂ 78 ਘਟਾ ਦੇਾਂਗੇ ਠੀਕ ਹੈ 2023 ਦੇ ਵਿੱਚੋਂ 78 ਘਟਾ ਦੇਾਂਗੇ ਤਾਂ that mean 1945 ਚਾਹ ਰਿਹਾ ਹੈ ਸ਼ੱਕ ਕਲੰਡਰ ਦੇ ਅਕੋਰਡਿੰਗ ਠੀਕ ਹੈ ਤਾਂ ਸਾਕਾ ਇਰਾ ਕੀ ਤੋਂ ਸਟਾਰਟ ਹੋਇਆ 78 ਏਡੀ ਤੋਂ 78 ਏਡੀ ਤੋਂ ਸਟਾਰਟ ਹੋਇਆ ਕਨਿਸ਼ਕ ਨੇ ਸ਼ੁਰੂ ਕੀਤਾ ਕਨਿਸ਼ਕ ਨੂੰ ਦੇਖਦੇ ਆ ਆ ਕਨਿਸ਼ਕ ਦੀਆਂ ਜਿਹੜੀਆਂ ਸੋਨੇ ਦੀਆਂ ਮੋਹਰਾਂ ਸੀ ਨਾ ਇਹਦੇ ਵਿੱਚ ਇੱਥੇ ਲਿਖਿਆ ਹੋਇਆ ਸੀ ਕਲੰਡਰ ਨਵਾਂ ਕਲੰਡਰ 78 ਏਡੀ ਇਹ ਰਾਜਾ ਕਨਿਸ਼ਕ ਹੈ ਪੁਸ਼ਾਨ ਰਾਜਾ ਕਨਿਸ਼ਕ ਮੈਨੂੰ ਦੱਸਿਆ ਜੋ ਕਨਿਸ਼ਕ ਨੇ ਕਿੰਨੀ ਬੁੱਧ ਸਬਮਿਟ ਕਰਾਈ ਸੀ ਬੁੱਧ ਸਬਮਿਟ ਕਿੰਨੀਆਂ ਹੋਈਆਂ ਸੀ ਕਿੰਨੇ ਕਿੰਨੇ ਕਰਾਈਆਂ ਦੱਸਿਆ ਜੋ ਮੈਨੂੰ ਕਨਿਸ਼ਕ ਜਿਹੜਾ ਰਾਜਾ ਹੋਇਆ ਕਨਿਸ਼ਕ ਹੂ ਸਟਾਰਟਿਡ ਦਾ ਸਾਕਾ ਯਦਾ ਐਂਡ ਵੈਨ ਸ਼ੱਕ ਸਾਮੰਤ ਕਿੰਨੇ ਸ਼ੁਰੂ ਕੀਤਾ ਦੱਸਿਆ ਜੋ ਗ੍ਰੈਟ ਫੀਸਿਸ ਇਨ 58 ਬੀਸੀ ਰੁਦਰਾਦਮਨ ਨੇ ਸਟਾਰਟ ਕੀਤਾ ਕਿ ਵਿਕਰਮਾਦਿੱਤਿਆ ਨੇ ਸਟਾਰਟ ਕੀਤਾ ਕਿ ਕਨਿਸ਼ਕ ਨੇ ਸਟਾਰਟ ਕੀਤਾ ਸ਼ਕ ਸਾਮੰਤ ਕਿੰਨੇ ਸਟਾਰਟ ਕੀਤਾ ਬੇਟਾ ਸ਼ਕ ਸਾਮੰਤ ਸ਼ਕ ਸਾਮੰਤ ਕਿੰਨੇ ਸਟਾਰਟ ਕੀਤਾ ਹਾਂਜੀ ਐਸ ਤੋਂ ਬਾਅਦ ਸੰਗਮ ਮੇਜ ਸੰਗਮ ਮੇਜ ਦਾ ਜਿਹੜਾ ਸਮਾਂ ਹੈ ਸੰਗਮ ਮੇਜ ਦਾ ਸੰਗਮ ਮੇਜ 100 ਤੋਂ 300 ਸੰਗਮੇਸ ਇਨ ਸਾਊਥ ਸਾਊਥ ਦੇ ਵਿੱਚ ਐਸ ਜ਼ੋਨ ਇਚ ਇਹਦੇ ਤੋਂ ਵੀ ਕੁਸ਼ਨ ਜ਼ਰੂਰ ਬੰਦਾ ਐਸ ਜ਼ੋਨ ਇਚ ਤਿੰਨ ਸਮਰਾਜ ਆਦੇ ਸੀ ਕਿਹੜੇ ਕਿਹੜੇ ਪਾਂਡੇ ਜਿਹੜੇ ਬਿਲਕੁਲ ਤਾਮਿਲਨਾਡੂ ਬਿਲਕੁਲ ਦੱਖਣ ਵਿੱਚ ਹੈਗੇ ਹੈ ਚੇਰ ਕੇਰਲਾ ਵਾਲਾ ਏਰੀਆ ਚੇਰਸ ਕੋਲ ਔਰ ਚੋਲਾਸ ਇਹਨਾਂ ਤਿੰਨਾਂ ਦੇ ਵਿੱਚ ਚੇਰ ਪਾਂਡੇ ਔਰ ਚੋਲਾਸ ਇਹਨਾਂ ਤਿੰਨੋਂ ਲਿਟਰੇਚਰ ਜਿੰਨੀਆਂ ਆਪਣੀਆਂ ਸਾਊਥ ਦੀਆਂ ਲੈਂਗੁਏਜ ਐ ਤਾਮਿਲ, ਤੇਲਗੂ, ਮਲਿਆਲਮ ਉਹ ਇਹਨਾਂ ਦੇ ਸੰਗਮ ਵਿੱਚੋਂ ਨਿਕਲੀਆਂ ਇਹਨਾਂ ਨੇ ਤਿੰਨ ਸੰਗਮ ਕਰਵਾਏ ਐ ਤਿੰਨ ਸੰਗਮ ਸਮਝਿਆ ਜੋ ਤਾਂ ਬੇਟਾ ਇਹਨੂੰ ਸੰਗਮੇਜ ਕਹਿੰਦੇ ਐ ਇਹ ਏਜ ਨੂੰ ਕੀ ਕਹਿੰਦੇ ਐ ਸੰਗਮੇਜ ਸੰਗਮੇਜ ਕਿੱਥੇ ਹੈਗੀ ਐ 100 ਟੂ 300 ਦੇ ਵਿੱਚ ਸੰਗਮੇਜ 100 ਟੂ 300 ਦੇ ਵਿੱਚ ਤਾਂ ਸੰਗਮੇਜ ਨੂੰ ਸਮਝਦੇ ਆ ਸੰਗਮੇਜ chronology of sangam age chronology sahi date karnni ta ukhi hai sangam age di they are different opinion ta par aitihasik jo kinne sangam hoye hai tin sangam hoye hai tin sangam jeda pehla sangam si oh madurai ch hoya si ende tu question banda hi banda hai pehla sangam kithe hoya madurai ch dusra sangam kithe hoya kab kapa ਆ ਦੇਖ ਲਓ ਜੀ ਕਾਪਾ ਕਪਾਡਾਪੁਰਮ ਕਪਾਡਾਪੁਰਮ ਵਿੱਚ ਉਹ ਤੀਜਾ ਫਿਰ ਮਦੁਰਈ ਵਿੱਚ ਹੋਇਆ ਪਹਿਲਾ ਕਿੱਥੇ ਹੋਇਆ ਮਦੁਰਈ ਵਿੱਚ ਹੋਇਆ ਦੂਸਰਾ ਕਿੱਥੇ ਹੋਇਆ ਕਪਾਡਾਪੁਰਮ ਵਿੱਚ ਹੋਇਆ ਤੀਜਾ ਫਿਰ ਮਦੁਰਈ ਵਿੱਚ ਹੋਇਆ ਤਾਂ ਕਿੰਨੇ ਸੰਗਮ ਹੋਏ ਆ ਤਿੰਨ ਜਦੂ ਲਿਟਰੇਚਰ ਲਿਖਿਆ ਗਿਆ ਕਿਹੜਾ ਲਿਟਰੇਚਰ ਲਿਖਿਆ ਗਿਆ ਉਹ ਦੇਖਦੇ ਆ ਲਿਟਰ ਲਿਟਰਰੀ ਸੋਰਸ ਕਿਹਦੇ ਅਗੇ ਹੈ ਥੋਲਕਾ ਪੀਮ ਇਥੂ ਗਈ ਐਂਡ ਪੁੱਤੂ ਪੱਤੂ ਠੀਕ ਹੈ ਇੰਪੋਰਟੈਂਟ ਕੁਐਸਚਨ ਹੈ ਇਹਨਾਂ ਤੋਂ ਕੁਐਸਚਨ ਬੰਦੇ ਹੈ ਅਮੰਗ ਥੋਲਕਾ ਪੀਅਮ ਵਾਸ ਦਾ ਅਰਲੀਐਸਟ ਇਹਨਾਂ ਵਿੱਚੋਂ ਜਿਹੜੀ ਥੋਲਕਾ ਪੀਅਮ ਹੈ ਉਹ ਸਭ ਤੋਂ ਅਰਲੀਐਸਟ ਹੈ ਇੰਪੋਰਟੈਂਟ ਕੁਐਸਚਨ ਸੰਗਮ ਇਜ਼ ਦੀ ਸਭ ਤੋਂ ਅਰਲੀਐਸਟ ਲਿਟਰੇਚਰ ਕੇ ਰਹਿ ਗਿਆ 댓 ਇਜ਼ ਥੋਲਕਾ ਪੀਅਮ ਡੂਰਿੰਗ ਦਾ ਪੋਸਟ ਸੰਗਮ ਪੀਰੀਅਡ ਦਾ ਪੈਥੀਨিয়ান ਕੀ ਕੰਕੂ ਦਾ 8 ਵਰਕਸ ਵਾਸ ਕੰਪੋਜ਼ਡ ਐਸ ਤੋਂ ਬਾਅਦ 8 ਵਰਕਸ ਕੰਪੋਜ਼ ਕੀਤੇ ਗਏ ਦੋ ਐਪਿਕਸ ਹੈਗੇ ਹਨਾਂ ਦੇ ਮਹਾਕਾਵ ਹੈਗੇ ਦੋ ਕਿਹੜੇ ਕਿਹੜੇ ਇੱਕ ਇੱਕ ਹੈਗਾ ਸ਼ਿਲਪਾ ਤਿਗੰਮ ਸ਼ਿਲਪਾ ਤਿਗੰਮ ਔਰ ਦੂਸਰਾ ਹੈ ਮਨੂ ਮੇਗਈ ਇਹ ਦੋਵੇਂ ਇਹਨਾਂ ਦੇ ਮਹਾਕਾਵ ਹੈ ਜਿਵੇਂ ਹਿੰਦੂ ਧਰਮ ਦੇ ਦੋ ਮਹਾਕਾਵ ਹੈਗੇ ਰਮਾਇਣ ਤੇ ਮਹਾਭਾਰਤ ਐਵੇਂ ਹੀ ਇਹਨਾਂ ਦੇ ਦੋ ਮਹਾਕਾਵ ਹੈਗੇ ਆ ਸ਼ਿਲਪ ਸਿਲਾਪਾ ਥਗਲਮ ਔਰ ਮਨੁਮਗਲ ਠੀਕ ਹੈ ਇਹਨੂੰ ਤਾਂ ਮੈਂ ਮਲਾਈ ਦੀ ਤਰ੍ਹਾਂ ਯਾਦ ਕੀਤਾ ਆਇਆ ਸੀ ਮਨੀ ਮੈਗਲਾਈ ਠੀਕ ਹੈ ਮਲਾਈ ਦੀ ਤਰ੍ਹਾਂ ਤੇ ਠੀਕ ਹੈ ਸ਼ਿਲਪ ਇਹਨੂੰ ਸ਼ਿਲਪ ਨਾਲ ਹੀ ਯਾਦ ਕੀਤਾ ਹੈ ਇਹਨੂੰ ਮਲਾਈ ਨਾਲ ਯਾਦ ਕੀਤਾ ਸ਼ਿਲਪ ਮਲਾਈ ਇਹ ਦੋ ਮਹਾਕਾਵ ਹੈਗੇ ਆ ਇਹ ਨਾਮ ਥੋੜੇ ਔਖੇ ਹੈਗੇ ਆ ਤਾਂ ਇਹ ਸੰਗਮ ਏਜ ਹੈ ਤੇ ਉੱਪਰ ਵੀ ਕੁਐਸਚਨ ਪੁੱਛਿਆ ਜਾਂਦਾ ਕਿੰਨੇ ਸੰਗਮ ਹੋਏ ਤਿੰਨ ਸੰਗਮ ਹੋਏ ਪਹਿਲਾ ਕਿੱਥੇ ਹੋਇਆ ਮਦੁਰਾਈਏ ਚ ਦੂਸਰਾ ਕਿੱਥੇ ਹੋਇਆ ਕਬਾਡਾ ਪੂਰਾਮੇ ਚ ਤੀਜਾ ਫੇਰ ਮਦੁਰਾਈਏ ਚ ਉਹ ਸੰਗਮ ਇਸ ਦੇ ਵਿੱਚ ਕਿਹੜੇ ਤਿੰਨ ਐਮਪਾਇਰ ਰਹਿ ਗਏ ਆ ਪਾਂਡੇ ਅਗੇ ਹੈ ਚੇਰ ਰਹਿ ਗਏ ਆ ਤੇ ਚੋਲ ਰਹਿ ਗਏ ਆ ਇਹਨਾਂ ਤਿੰਨਾਂ ਵਿੱਚ ਔਰ ਕਿਹੜਾ ਕਿਹੜਾ ਲਿਟਰੇਚਰ ਹੈ ਥੋਲਕਾ ਪੀਮ ਇਤੂ ਗਈ ਪੱਤੂ ਪੱਤੂ ਠੀਕ ਹੈ ਥੋਲਕਾ ਪੀਮ ਇਹਨਾਂ ਚੂ ਅਰਲੀਐਸਟ ਹੈ ਔਰ ਮਹਾਕਾਵ ਕਿਹੜੇ-ਕਿਹੜੇ ਅੱਗੇ ਐ ਸ਼ਿਲਾ ਸ਼ਿਲਪ ਤੂੰ ਯਾਦ ਰੱਖ ਲਿਆ ਜੋ ਇਹਨੂੰ ਸ਼ਿਲਪ ਔਰ ਇਹਨੂੰ ਮਲਾਈ ਤੂੰ ਯਾਦ ਰੱਖ ਲਿਆ ਜੋ ਮੈਨੂੰ ਦੱਸਿਆ ਜੋ ਕੀ ਇਹ ਸਮਝ ਲੱਗ ਗਿਆ ਸੰਗਮੇਜ ਦੱਸਿਆ ਜੋ ਕੀ ਇਹ ਸੰਗਮੇ ਸਮਝ ਲੱਗ ਗਿਆ ਸੰਗਮੇਜ ਅਸੀਂ ਇੱਕ ਵਾਰੀ ਓਵਰਵਿਊ ਦੇਖ ਰਹੇ ਹੁਣ ਨਾ ਪੰਜਾਬ ਇੱਕ ਵਾਰੀ ਮਾਸਟਰ ਕੈਟਰ ਦੇ ਵਿੱਚ ਹੀ ਕੁਸ਼ਨ ਆਇਆ ਸੀ ਬਈ 0 ਜਦੂ ਹੈਗਾ ਸੀ 0 ਉਦੋਂ ਕਿ ਭਾਰਤ ਦੇ ਨੌਰਥ ਇਚ ਕਿਹੜੀ ਕਿਹੜੀ ਡਾਇਨਸਟੀ ਚੱਲਦੀ ਸੀ ਯਾਨੀ 0 ਦੇ ਵਿੱਚ 0 ਸੀਈ ਦੇ ਵਿੱਚ ਤਾਂ ਬੇਟਾ ਉਦੋਂ 7 ਵਾਹਨਾ ਡਾਇਨਸਟੀ ਚੱਲਦੀ ਸੀ ਨੌਰਥ ਵਾਲੇ ਪਾਸੇ ਕਿਹੜੀ ਡਾਇਨਸਟੀ ਸੀ 7 ਵਾਹਨਾ 7 7 ਵਾਹਨਾ ਡਾਇਨਸਟੀ ਠੀਕ ਹੈ ਸਤਵਾਹਨਾ ਡੈਂਸਟਰੀ ਇਹ ਵੈਸੇ ਆ ਇਰੀਆ ਸੀ ਨਾਰਥ ਦਾ ਨਹੀਂ ਕਹੇ ਸ ਨਾਰਥ ਉੱਤੇ ਜੇ ਬਿਲਕੁਲ ਨਾਰਥ ਦੀ ਗੱਲ ਕਹਿ ਦਈਏ ਤਾਂ ਉੱਥੇ ਇੰਡੋ ਗ੍ਰੀਕਸ ਹੈਗੇ ਸੀ ਬੇਟਾ ਇਹ ਸਮਝਿਆ ਜੋ ਇੰਡੀਆ ਦੇ ਮੈਪ ਵਿੱਚ ਮੈਂ ਜ਼ੀਰੋ ਦੇ ਵਿੱਚ ਸਾਦਾ ਦੱਸ ਦੇਣਾ ਜੇ ਤੁਸੀਂ ਬਿਲਕੁਲ ਐਸ ਜ਼ੋਨ ਵਿੱਚ ਆ ਜਾਓ ਤਾਂ ਇੱਥੇ ਇੰਡੋ ਗ੍ਰੀਕਸ ਹੈਗੇ ਸੀ ਜੇ ਆ ਮੀਡਲ ਵਾਲੀ ਜ਼ੋਨ 'ਚ ਚਲੇ ਜਾਓ ਇੱਥੇ ਸਤਵਾਹਨ ਹੈਗੇ ਸੀ ਔਰ ਜੇ ਆਪ ਥੱਲੇ ਵਾਲੇ ਪਾਸੇ ਚਲੇ ਜਾਓ ਇੱਥੇ ਸੰਗਮ ਇਹ ਚਾਦੀ ਸੀ ਠੀਕ ਹੈ ਜੀਰੋ ਦੇ ਵਿੱਚ ਬਿਲਕੁਲ ਨਾਰਥ ਵਾਲੇ ਪਾਸੇ ਕੌਣ ਹੈਗੇ ਸੀ ਇੰਡੋ ਗ੍ਰੀਕਸ ਔਰ ਆ ਜਿਹੜਾ ਏਰੀਆ ਮਿਡਲ ਦੇ ਵਿੱਚ ਆਂਦਾ ਹੈ ਦੱਖਣ ਤੱਕ ਜਾਂਦਾ ਹੈ ਇੱਥੇ ਸਤਵਾਹਨ ਹੈਗੇ ਸੀ ਔਰ ਬਿਲਕੁਲ ਜਿਹੜਾ ਤੋੜ ਦੱਖਣ ਹੋ ਗਿਆ ਉੱਥੇ ਸੰਗਮ ਇਹ ਜੈਗੀ ਸੀ ਠੀਕ ਹੈ ਤਾਂ ਚਲੋ ਜੀ ਸਤਵਾਹਨ ਦਾ ਜਿਹੜਾ ਟਾਈਮ ਹੈ 50 BC ਤੋਂ ਲੈ ਕੇ 250 ਤੱਕ ਹੈ 50 BC ਤੋਂ ਲੈ ਕੇ 250 ਤੱਕ ਇਹ ਤੁਹਾਨੂੰ ਕਿਉਂ ਕਰਵਾਇਆ ਜਾ ਰਿਹਾ ਹੈ ਜੇ ਤੁਸੀਂ ਇਹਨਾਂ ਨੂੰ ਕਰੋਨੋਲੋਜੀ ਚ ਲਾਉਣਾ ਹੋਵੇ ਕਿ ਹਰਿਆੰਕ ਡਾਇਨਸਟੀ ਮੋਰੀਆ ਡਾਇਨਸਟੀ ਸਤਵਾਹਨਾ ਡਾਇਨਸਟੀ ਔਰ ਗੁਪਤਾ ਨੂੰ ਆਰਡਰ ਇਚ ਲਾਓ ਤਾਂ ਉਹ ਵੀ ਪਤਾ ਹੋਣਾ ਚਾਹੀਦਾ ਹੈ ਕਿੰਦੇ ਬਾਰੇ ਕੀ ਕੀ ਜਾਣਕਾਰੀ ਆਦੀ ਹੈ ਉਹਨਾਂ ਨੂੰ ਆਰਡਰ ਵਿੱਚ ਲਾਣਾ ਤਾਂ ਉਹਦੇ ਲਈ ਵੀ ਇਹ ਚੀਜ਼ਾਂ ਜ਼ਰੂਰੀ ਹੈ ਤਾਂ ਕਰਕੇ ਟਾਈਮ ਲਾਈਨ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ ਮੈਨੂੰ ਦੱਸਿਆ ਜੋ ਬੇਟਾ ਕੀ ਇਹ ਸਮਝ ਲੱਗ ਰਿਹਾ ਹੈ ਜਾਂ ਨਹੀਂ ਟਾਈਮ ਲਾਈਨ ਹਾ ਸਮਿਟ ਆਫ ਪੋਇਟਸ दैट इज ਸੰਗਮ ਵੈਰੀ ਗੁੱਡ ਦੱਸੋ ਜੀ ਕਿ ਟਾਈਮ ਲਾਈਨ ਸਮਝ ਲੱਗ ਰਹੀ ਹੈ ਟਾਈਮ ਲਾਈਨ ਮੈਂ ਟਾਈਮਲਾਈਨ ਡਿਸਕਸ ਕਰਦੇ ਆਂ ਜੀ ਤੁਹਾਡੇ ਨਾਲ ਵਾਪਸ ਹੋਈ ਉਹ ਟਾਈਮਲਾਈਨ ਤੇ ਜਾਵਾਂਗੇ ਆਪਾਂ ਹਾਂਜੀ ਇਹ 7ਵਾਂ ਨਾ Empire ਹੈ ਇਸ ਥਾਂ ਤੇ 7ਵਾਂ ਠੀਕ ਹੈ ਇੱਥੇ ਵੀ ਦੇਖ ਸਕਦੇ ਹੋ ਤੁਸੀਂ 7ਵਾਂ ਠੀਕ ਹੈ ਆ ਨੀਚੇ ਵਾਲਾ ਸੰਗਮ ਵਾਲਾ ਏਰੀਆ ਛੱਡਤਾ 7ਵਾਂ ਠੀਕ ਹੈ ਆ ਉਤਲੇ ਪਾਸੇ ਇੱਥੇ ਪੱਲਵਜ਼ ਹੈਗੇ ਆ ਠੀਕ ਹੈ ਸ਼ਾਕਸ ਹੈਗੇ ਆ ਇੰਡੋ ਗ੍ਰੀਕਸ ਹੈਗੇ ਆ ਸਾਡੇ ਇੱਥੇ ਠੀਕ ਹੈ ਹੋਣਾ ਜਿਹੜਾ ਸਾਂਚੀ ਸਤੂਪ ਹੈਗਾ ਸਾਂਚੀ ਸਤੂਪ ਦਾ ਸਦਰਨ ਗੇਟਵੇ ਆਫ ਦਾ ਗ੍ਰੇਟ ਸਤੂਪਾ ਆਫ ਸਾਂਚੀ ਅਕੋਰਡਿੰਗ ਟੂ ਇਨਸਕ੍ਰਿਪਸ਼ਨ ਡੋਨੇਟਿਡ ਅੰਡਰ ਦਾ ਰੂਲ ਆਫ ਕਿੰਗ ਸਤਕਰਨੀ ਨੇ ਡੋਨੇਟ ਕੀਤਾ ਸੀ ਠੀਕ ਹੈ ਇਹ ਸਤਕਰਨੀ ਨੇ ਡੋਨੇਟ ਕੀਤਾ ਸੀ ਜਿਹੜਾ ਸਾਂਚੀ ਸਤੂਪ ਹੈਗਾ ਸਾਂਚੀ ਸਤੂਪ ਠੀਕ ਹੈ ਜੀ ਸਾਂਚੀ ਸਤੂਪ ਔਰ ਇਹਨਾਂ ਦੀ ਜਿਹੜੀ ਲੈਂਗੁਏਜ ਹੈ ਉਹ ਕਿਹੜੀ ਹੈਗੀ ਹੈ ਬ੍ਰਾਹਮੀ ਸਕ੍ਰਿਪਟ ਹੈਗੀ ਹੈ ਕਿਹੜੀ ਸਕ੍ਰਿਪਟ ਹੈਗੀ ਹੈ ਬ੍ਰਾਹਮੀ ਸਕ੍ਰਿਪਟ ਹੈਗੀ ਹੈ 7ਵਾਂ ਨਾਸਦੀ ਮੈਨੂੰ ਦੱਸਿਆ ਜੋ ਬੇਟਾ ਕੀ ਇੱਥੇ ਤੱਕ ਸਮਝ ਲੱਗ ਗਿਆ 7ਵਾਂ ਹੁਣ ਇਸ ਤੋਂ ਬਾਅਦ ਸ਼ੁਰੂ ਹੋ ਗਿਆ ਗੁਪਤਾਸ ਦਾ ਸਮਾਂ ਗੁਪਤਾਸ ਗੁਪਤਾਸ ਦਾ ਸਮਾਂ ਸਟਾਰਟ ਹੋ ਗਿਆ ਗੁਪਤਾਸ ਦਾ ਤਾਂ ਗੁਪਤਾਸ ਇਚ ਗੁਪਤਾ ਦਾ ਸਮਾਂ ਕਿਹੜਾ 240 CE ਤੋਂ ਲੈ ਕੇ 467 ਤੱਕ 240 क्रिश्चियन ईरा ਤੋਂ ਲੈ ਕੇ ਤੇ 467 ਤੱਕ ਚੱਲੇਗਾ ਗੁਪਤਾਜ ਦਾ ਸਮਾਂ ਤਾਂ ਗੁਪਤਾਜ કોਣ-ਕੋਣ ਹੈ ਗੁਪਤਾ ਡਾਇਨਸਟੀ ਦਾ ਫਾਊਂਡਰ ਸੀ ਸ਼੍ਰੀ ਗੁਪਤਾ 240 ਤੋਂ 280 ਫਿਰ ਗਟੋਟਕਚ 280 ਤੋਂ 319 ਫਿਰ ਚੰਦਰ ਗੁਪਤਾ 1 ਚੰਦਰ ਗੁਪਤਾ 1 ਫਿਰ ਸਮੁੰਦਰ ਗੁਪਤਾ ਫਿਰ ਚੰਦਰ ਗੁਪਤਾ 2 ਫਿਰ ਕੁਮਾਰ ਗੁਪਤਾ ਔਰ ਲਾਸਟ ਸਕੰਦ ਗੁਪਤਾ ਇਹਨਾਂ ਦੀ ਕ੍ਰੋਨੋਲੋਜੀ ਬੜੀ ਇੰਪੋਰਟੈਂਟ ਹੈ ਗੁਪਤਾਸ ਦੀ ਜਿਹੜੀ ਕ੍ਰੋਨੋਲੋਜੀ ਹੈ ਉਹ ਬਹੁਤ ਇੰਪੋਰਟੈਂਟ ਹੈ ਗੁਪਤਾਸ ਦੀ ਦੱਸਿਆ ਜੋ ਇਹਦੀ ਕੋਈ ਟ੍ਰਿਕ ਕੀਤੀ ਸੀ ਅਸੀਂ ਗੁਪਤਾਸ ਨੂੰ ਯਾਦ ਕਰਨ ਵਾਸਤੇ ਕੋਈ ਟ੍ਰਿਕ ਕੀਤੀ ਸੀ ਏਰੀਆ ਦੇਖਦੇ ਆ ਏਰੀਆ ਕਿਵੇਂ ਸੀ ਜਿਹੜਾ ਚੰਦਰ ਗੁਪਤਾ ਉਵੰਦਾ ਏਰੀਆ ਸੀ ਉਹ ਬੜਾ ਲਿਮਿਟਿਡ ਏਰੀਆ ਸੀ ਚੰਦਰ ਗੁਪਤਾ ਵੰਦਾ ਐਨਾ ਕੁ ਏਰੀਆ ਸੀ ਠੀਕ ਹੈ ਚੰਦਰ ਗੁਪਤਾ ਵੰਦਾ ਫਿਰ ਹੌਲੀ ਹੌਲੀ ਇਹ ਫੈਲਿਆ ਖਾਸ ਕਰਕੇ ਜਿਹੜਾ ਸਮੁੰਦਰ ਗੁਪਤਾ ਹੈ ਸਮੁੰਦਰ ਗੁਪਤਾ ਤਾਂ ਦੱਖਣ ਤੱਕ ਲੈ ਗਿਆ ਸੀ ਇੱਥੇ ਤੱਕ ਸਮੁੰਦਰ ਗੁਪਤਾ ਤਾਂ ਦੱਖਣ ਤੱਕ ਜਿੱਤਿਆ ਆਇਆ ਸੀ ਸਮੁੰਦਰ ਗੁਪਤਾ ਠੀਕ ਹੈ ਆ ਸਮੁੰਦਰ ਗੁਪਤਾ ਜਿੱਤ ਰਿਹਾ ਆ ਏਰੀਆ ਵੀ ਸਮੁੰਦਰ ਗੁਪਤਾ ਜਿੱਤ ਰਿਹਾ ਠੀਕ ਹੈ ਜੀ ਔਰ ਆ ਚੰਦਰ ਗੁਪਤਾ 2 ਦੇ ਟਾਈਮ ਤੇ ਔਰ ਦੂਸਰੇ ਪਾਸੂ ਜਿਹੜੀ ਇਹਨਾਂ ਦੀਆਂ ਲੜਾਈਆਂ ਹੋਈਆਂ ਹੂਨਸ ਆਵਦ ਰੇ ਸੀ ਉੱਪਰ ਵਾਲੇ ਪਾਸੋਂ ਠੀਕ ਹੈ ਹੂਨ ਪੰਛਾਤੀ ਜਿਹੜੀ ਹੈ ਉਹ ਆਵਦ ਰਹੀ ਸੀ ਤਾਂ ਮੈਨੂੰ ਦੱਸਿਆ ਜੋ ਇਹਦੀ ਕਲੋਂ ਇਹਦੇ ਕੋਈ ਟ੍ਰਿਕ ਕੀਤੀ ਹੋਈ ਹੈ ਗੁਪਤਾ Empire ਦੀ ਗੁਪਤਾ Empire ਦੀ ਕੋਈ ਟ੍ਰਿਕ ਕੀਤੀ ਸੀ ਐਸ ਸੀ ਸਰ ਐਸ ਸੀ ਸਰ चन समुंदर चमुंदर चन कोई शक किता से कोई है जी ट्रिक दसा जो कोई शक ठीक है एच जी सर चन समुंदर चन कोई शक कि किता सी एस तू श्री गुप्ता जी तू गतोट कचा चन समुद्र चन्न ਚੰਨ ਸਮੁੰਦਰ ਚੰਨ ਕੋਈ ਸ਼ੱਕ ਦੱਸਿਆ ਜੋ ਕਿਤੀ ਹੋਈ ਹੈ ਜਾਂ ਨਹੀਂ ਦੱਸਿਆ ਜੋ ਜੀ ਕੀ ਇਹ ਟ੍ਰਿਕ ਕਿਤੀ ਹੋਈ ਹੈ ਗੁਪਤਾ एंपਾਇਰਸ ਨੂੰ ਯਾਦ ਕਰਨ ਦੀ ਐਸ ਜੀ ਸਰ ਚੰਨ ਸਮੁੰਦਰ ਚੰਨ ਕੋਈ ਸ਼ੱਕ ਠੀਕ ਹੈ ਕੁਮਾਰ ਗੁਪਤਾ ਤੇ ਸਕੰਦ ਗੁਪਤਾ ਤਾਂ ਗੁਪਤਾ एंपਾਇਰ ਦਾ ਜਿਹੜਾ ਸਮਾਂ ਹੈ 240 चार सौ सताठ तक का समा है गुप्तास का गुप्तास का गया हर्षा हर्ष हर्ष दे आया सी, हर्ष हर्षवर्धना आ गया जी 606 सौ छे तू लैके छे सौ संताली दा समा हर्षवर्धन पिता का नाम प्रभरा वर्धना ब्रदर का नाम राजवर्धना सिस्टर ਦਾ ਨਾਮ ਰਾਸ਼ਰੀ ਟਾਈਟਲ ਕਿਹਦਾ ਲਿਆ ਨੇ ਉੱਤਰ ਪ੍ਰਦੇਸ਼ਵਰ ਦਾ ਉੱਤਰ ਦਾ ਏਰੀਆ ਨਾਰਥ ਦਾ ਏਰੀਆ ਦਾ ਮਾਲਕ ਸੀ ਏmpirers of five indies ਔਰ ਆਹ ਕੁਐਸ਼ਨ ਕਈ ਵਾਰੀ ਪੁੱਛਿਆ ਗਿਆ ਹਰਸ਼ ਨੇ ਆਦੀ ਰਾਜਧਾਨੀ ਕਿਨੂੰ ਬਣਾਇਆ ਸੀ ਥਾਨੇਸ਼ਵਰ ਨੂੰ ਬਣਾਇਆ ਸੀ ਹਰਸ਼ ਨੇ ਆਪਣੀ ਰਾਜਧਾਨੀ ਕਿਨੂੰ ਬਣਾਇਆ ਸੀ ਥਾਨੇਸ਼ਵਰ ਨੂੰ ਥਾਨੇਸ਼ਵਰ ਠੀਕ ਹੈ ਤਾਂ ਹਰਸ਼ ਮੈਨੂੰ ਦੱਸਿਆ ਜੋ ਇੱਕ ਕੁਐਸਚਨ ਮੈਂ ਕਰਵਾਇਆ ਸੀ ਐਨਸੀਕਿਊ ਦੇ ਵਿੱਚ ਜਦੋਂ ਹਰਸ਼ ਸਾਰਾ ਏਰੀਆ ਜਿੱਤ ਰਿਹਾ ਸੀ ਇੱਥੇ ਇੱਕ ਰਾਜਾ ਨੇ ਹਰਾਇਆ ਸੀ ਉਹਨੂੰ ਕਿਹੜਾ ਰਾਜਾ ਸੀ ਇੱਕ ਰਾਜਾ ਨੇ ਹਰਸ਼ ਨੂੰ ਹਰਾਇਆ ਸੀ ਜਿੰਦੇ ਨਾਲ ਉਹ ਦੱਖਣ ਨਹੀਂ ਜਿੱਤ ਸਕਿਆ ਹਰਸ਼ ਉਹ ਕਿਹੜਾ ਰਾਜਾ ਸੀ ਦੱਸਿਆ ਜੋ ਉਹ ਕਿਹੜਾ ਰਾਜਾ ਸੀ ਜਦੋਂ ਐਮਸੀਕਿਊ ਕਰਵਾਇਆ ਸੀ ਉਹਦੇ ਵਿੱਚ ਕਰਵਾਇਆ ਸੀ ਔਰ ਹਰਸ਼ ਦੇ ਸਮੇਂ ਕਿਹੜਾ ਚੀਨੀ ਯਾਤਰੀ ਆਇਆ ਸੀ ਹਰਸ਼ ਦੇ ਸਮੇਂ ਕਿਹੜਾ ਚਿੰਨੀ ਯਾਤਰੀ ਆਇਆ ਸੀ ਫਾਈਆਂ ਕਿੰਦੇ ਸਮੇਂ ਆਇਆ ਫਾਈਆਂ ਹਯੂਨਸਾਂਗ ਕਿੰਦੇ ਸਮੇਂ ਆਇਆ ਹਯੂਨਸਾਂਗ ਫਾਈਆਂ ਕਿੰਦੇ ਸਮੇਂ ਆਇਆ ਹਯੂਨਸਾਂਗ ਕਿੰਦੇ ਸਮੇਂ ਆਇਆ ਦੱਸਿਆ ਜੋ ਫਾਈਆਂ ਹਯੂਨਸਾਂਗ ਇਹ ਕਿੰਨਾ ਕਿੰਨਾ ਦੇ ਸਮੇਂ ਆਏ ਹੁਣ ਆ ਵੀ ਬੜਾ ਇੰਪੋਰਟੈਂਟ ਹੈ 750 ਤੋਂ 900 ਦੇ ਵਿੱਚ ਕਨੋਜ ਦੇ ਲਈ ਤਿੰਨ ਵੰਸ਼ਾਂ ਦੇ ਵਿੱਚ ਲੜਾਈ ਚੱਲੀ ਐ ਕਦੇ ਕੋਣ ਜਿੱਤ ਜਾਂਦਾ ਸੀ ਕਦੇ ਕੋਣ ਜੀਤਿਆ ਜਾਂਦਾ ਸੀ ਇੱਕ ਦੂਜੇ ਨੂੰ ਉਡਾਉਂਦਾ ਸੀ ਦੂਜਾ ਤੀਜੇ ਨੂੰ ਉਡਾ ਦੇਦਾ ਸੀ ਤੀਜਾ ਪਹਿਲੇ ਨੂੰ ਉਡਾ ਦਿੰਦਾ ਸੀ ਤਾਂ ਕਨੋਜ ਦੇ ਲਈ ਲੜਾਈ ਚੱਲੀ ਐ ਕਿੰਨਾ ਕਿੰਨਾ ਦੀ ਪ੍ਰਤੀਹਾਰਾਸ ਪਾਲਾਸ ਤੇ ਰਾਸ਼ਟਰਕੂਤਸ ਤਿੰਨ ਵੰਸ਼ਾਂ ਦੇ ਵਿੱਚ ਕਿਹੜੇ ਕਿਹੜੇ ਪਾਲਾਸ ਪ੍ਰਤੀਹਾਰਾਸ ਔਰ ਰਾਸ਼ਟਰਕੂਤਸ ਇੰਨਾ ਵਿੱਚ ਕਨੋਸ ਦੇ ਲਈ ਲੜਾਈ ਚੱਲੀ ਹੈ ਕਨੋਸ ਦੀ ਬੈਟਲ ਹੋਈ ਹੈ ਕਿੰਦੇ ਲਈ ਰਾਸ਼ਟ੍ਰਕੂਤਾ ਕਿਹਦੇ ਕਿਹੜੇ ਵੰਸ਼ ਹੈ ਰਾਸ਼ਟ੍ਰਕੂਤਸ ਪਾਲਸ ਔਰ ਗੁਰਜਾ ਗੁਰਜਰਾ ਪ੍ਰਤੀਹਾਰਸ ਗੁਰਜਰਾ ਪ੍ਰਤੀਹਾਰਸ ਆ ਦੇਖੋ ਐਸ ਏਰੀਆ ਚ ਗੁਰਜਰਾ ਪ੍ਰਤੀਹਾਰਸ ਠੀਕ ਹੈ ਰਾਸ਼ਟ੍ਰਕੂਤਸ ਐਸ ਪਾਸੇ ਹੈ ਰਾਸ਼ਟ੍ਰਕੂਤਸ ਔਰ ਐਸ ਪਾਸੇ ਪਾਲਸ ਐਸ ਪਾਸੇ ਪਾਲਾਸ ਇਹ ਸਾਰੇ ਲੜ ਰਹੇ ਐ ਕਿੰਦੇ ਲਈ ਕਨੋਜ਼ ਦੇ ਲਈ ਕਨੋਜ਼ ਦੇ ਲਈ ਤਾਂ ਕਨੋਜ਼ ਦੀ ਜਿਹੜੀ ਸਟਰਗਲ ਐ ਉਹ ਕਦੋਂ ਤੋਂ ਕਦੋਂ ਤੱਕ ਚੱਲੀ 750 ਤੋਂ 900 ਤੱਕ ਚੱਲੀ ਕਿੰਨਾ-ਕਿੰਨਾ ਵਿੱਚ ਹੋਈ ਗੁਰਜਰਾ ਪ੍ਰਤੀਹਾਰਾਸ ਰਾਸ਼ਟਰਕੂਤਾਸ ਔਰ ਪਾਲਾਸ ਦੇ ਵਿੱਚ ਦੱਸਿਆ ਜੋ ਕੀ ਇਹ ਸਮਝ ਲੱਗ ਗਿਆ ਕੀ ਇਹ ਸਮਝ ਲੱਗ ਗਿਆ ਹਾਂਜੀ ਐਸ ਤੋਂ ਬਾਅਦ ਚੋਲਾ ਸਮਰਾਜ ਸ਼ੁਰੂ ਹੋ ਗਿਆ 900 ਤੋਂ ਲੈ ਕੇ 1150 ਦੇ ਵਿੱਚ ਚੋਲਾ ਡਾਇਨਸਟੀ ਔਰ ਚੋਲਾਸ ਡੈਂਸਟੀ ਚੋਲਾਸ ਬੜੀ ਐਡਵਾਂਸ ਸੀ ਜਿਨ੍ਹਾਂ ਨੇ ਬਿਜ਼ਨਸ ਕੀਤਾ ਨੇਰੀ ਬਣਾਈ ਠੀਕ ਹੈ ਤਾਂ ਚੋਲਾ ਨੇ ਬਿਜ਼ਨਸ ਕੀਤਾ ਦੂਜੇ ਦੇਸ਼ਾਂ ਦੇ ਨਾਲ ਦੂਜੇ ਦੇਸ਼ਾਂ ਦੇ ਨਾਲ ਬਿਜ਼ਨਸ ਲਿੰਕ ਬਣਾਏ ਚੋਲਾ ਡਾਇਨਸਟੀ ਨੇ ਚੋਲਾ ਡਾਇਨਸਟੀ ਨੇ بڑے ਮੰਦਿਰ ਬਣਾਏ ਇੱਕ ਮੰਦਿਰ ਬੜਾ ਮਸ਼ਹੂਰ ਹੈ ਚੋਲਾ ਡਾਇਨਸਟੀ ਦਾ ਦੱਸਿਆ ਜੋ ਕਿਹੜਾ ਮੰਦਰ ਹੈ ਉਹ ਸਮਝਾਇਆ ਸੀ ਚੋਲਾ ਡਾਇਨਸਟੀ ਦਾ ਕਿਹੜਾ ਮੰਦਰ ਹੈ ਜਿਹੜਾ ਬੜਾ ਮਸ਼ਹੂਰ ਹੈ ਠੀਕ ਹੈ ਇਹਨਾਂ ਦੇ ਟ੍ਰੇਡ ਰੂਟਸ ਦੇਖੋ ਚੋਲਾਸ ਦੇ ਚੋਲਾ ਟੈਟਰੀ ਚੋਲਾ ਇਨਫਲੂਐਂਸ ਠੀਕ ਹੈ ਤਾਂ ਚੋਲਾਸ ਦਾ ਜਿਹੜਾ ਸਮਾਂ ਹੈ 900 ਤੋਂ ਲੈ ਕੇ ਸਾਢੇ ਇਹ ਦੂਜਾ ਸਮਾਂ ਇੱਕ ਵਾਰੀ ਪਹਿਲੇ ਸੰਗਮ ਵਿੱਚ ਆਏ ਸੀ ਸੰਗਮ ਵਿੱਚ ਆਏ ਸੀ 100 ਤੋਂ ਲੈ ਕੇ 300 ਤੱਕ ਇਹ ਉਹਨੂੰ ਦੂਸਰੀ ਵਾਰੀ ਆਏ ਆ ਚੋਲਾਸ ਠੀਕ ਹੈ ਦੂਸਰੀ ਵਾਰ ਹੀ ਆਏ ਹੈ ਵੈਸੇ ਚੋਲਾਜ਼ ਚੱਲ ਰਹੇ ਸੀ ਲਗਾਤਾਰੀ ਉਹਨਾਂ ਦਾ ਇਨਫਲੂਐਂਸ ਥੋੜਾ ਘਟ ਗਿਆ ਸੀ ਪਰ ਇੱਥੇ ਆ ਕੇ ਇਹਨਾਂ ਦਾ ਇਨਫਲੂਐਂਸ ਬਹੁਤ ਵੱਧ ਗਿਆ ਇਹਨਾਂ ਦੇ ਵਿੱਚ ਕੁਝ ਮਹਾਨ ਰਾਜੇ ਜਿਵੇਂ ਦਜੇਂਦਰ ਚੋਲਾ ਜਿਨੇ ਦੂਜੇ ਦੇਸ਼ਾਂ ਨੂੰ ਐਕਸਪਿਡੀਸ਼ਨ ਭੇਜੀਆਂ ਆਪਦੀਆਂ ਠੀਕ ਹੈ ਮੈਨੂੰ ਦੱਸਿਆ ਜੋ ਚੋਲਾ ਡਾਇਨਸਟੀ ਦਾ ਫਾਊਂਡਰ ਕਿਹੜਾ ਹੈ ਚੋਲਾ ਡਾਇਨਸਟੀ ਦਾ ਫਾਊਂਡਰ ਇੱਥੇ ਮਿਸਿੰਗ ਹੈ ਠੀਕ ਹੈ ਰਾਜਾ ਰਾਜਾ ਚੋਲਾ ਵੀ ਆਇਆ ਦਿੱਤਿਆਵਨ ਆਇਆ ਰਾਜਾ ਰਾਜਾ ਚੋਲਾ ਆਇਆ ਰਜੇਂਦਰਾ 1 ਆਇਆ ਵੀ ਰਜੇਂਦਰਾ ਆਇਆ ਰਜੇਂਦਰਾ 2 ਆਇਆ ਵਿਕਰਮੀ ਚੋਲਾ ਆਇਆ ਠੀਕ ਹੈ ਤਾਂ ਚੋਲਾ ਡਾਇਨਸਟੀ ਦੇ ਇਹ ਸ਼ਾਸਕ ਚੋਲਾ ਡਾਇਨਸਟੀ ਇਹਨਾਂ ਨੇ ਨਾਰਥ ਵੱਲੇ ਵੀ ਜਿੱਤ ਲਿਆ ਸੀ ਕਾਫੀ ਏਰੀਆ ਚੋਲਾਸ ਦੇ ਤਾਂ ਚੋਲਾਸ ਦੀ ਜਿਹੜੀ ਟਾਈਮ ਲਾਈਨ ਹੈ 900 ਤੋਂ ਲੈ ਕੇ 1150 ਤੱਕ 900 ਤੋਂ ਲੈ ਕੇ 1150 ਤੱਕ ਠੀਕ ਹੈ ਹੁਣ ਆਪਾਂ ਵਾਪਸ ਚਲਦੇ ਹਾਂ ਇੱਕ ਵਾਰੀ ਫੇਰ ਟਾਈਮ ਲਾਈਨ ਸੈੱਟ ਕਰਦੇ ਹਾਂ ਥੈਂਕਸ ਫੇਰ ਕਰਾਂਗੇ ਬੇਟਾ ਸਭ ਤੋਂ ਪਹਿਲੇ ਮਾਈਂਡ ਦੇ ਵਿੱਚ ਇਹ ਟਾਈਮ ਲਾਈਨ ਜ਼ਰੂਰ ਸੈੱਟ ਹੋਣੀ ਚਾਹੀਦੀ ਹੈ ਤਾਂ ਟਾਈਮ ਲਾਈਨ ਤੇ ਫਿਰ ਦੁਬਾਰਾ ਟਾਈਮ ਲਾਣੇ ਆ हाँ जी बेटा जी टाइमलाइन समझा जो टाइमलाइन टाइमलाइन समझा जो टाइमलाइन बेटा इंडस वैली सिविलाइजेशन आई इंडस वैली सिविलाइजेशन तो बाद वैदिक इंडिया आ गया वैदिक एज आ गई ਮਹਾਜਨਪਦ ਬਣ ਗਏ ਮਹਾਜਨਪਦ ਭਗਵਾਨ ਮਹਾਵੀਰ ਤੇ ਭਗਵਾਨ ਬੁੱਧ ਦਾ ਜਨਮ ਹੋਇਆ ਠੀਕ ਹੈ ਅਲੈਗਜ਼ੈਂਡਰ ਸਿਕੰਦਰ ਨੇ ਭਾਰਤ ਤੇ ਹਮਲਾ ਕੀਤਾ ਮੋਰੀਆ ਸਮਰਾਜ ਸ਼ੁਰੂ ਹੋਇਆ ਚੰਦਰਗੁਪਤ ਮੋਰੀਆ ਤੇ ਅਸ਼ੋਕਾ ਆ ਗਏ ਔਰ ਜੀਰੋ ਦੇ ਵਿੱਚ ਕਿਹੜੇ ਚੱਲਦੇ ਪਏ ਸੀ 7 ਵਾਹਨਾ ਚੱਲਦੇ ਪਏ ਸੀ 7 ਵਾਹਨਾ ਠੀਕ ਹੈ 7 ਵਾਹਨਾ ਡੈਂਸਿਟੀ ਸੀ ठीक है जाए, शक एंड कुशान आए शक एंड शक एंड कुशाण के ऊपर सेकेंड सेंचुरी बीसी तो लैके फोर्थ सेंचुरी एडी तक ठीक है शक एंड थर्ड सेंचुरी तो लैके सैवंथ सेंचुरी एडी तक हूमज एंड ससेनियंस ये आए फिर गुप्ता साम्राज आ गया गुप्ता जीरा ਗੁਪਤਾਸ ਤੋਂ ਬਾਅਦ ਹਰਸ਼ ਦਾ ਸਮਾਂ ਸ਼ੁਰੂ ਹੋ ਗਿਆ ਰਾਜਾ ਹਰਸ਼ ਤੇ ਰਾਜਾ ਪੋਜ ਦਾ ਸਮਾਂ ਫਿਰ ਚੋਲਾਸ ਸ਼ੁਰੂ ਹੋ ਗਏ ਚੋਲਾਸ ਡਾਇਨਸਟੀ ਫਿਰ ਰਾਜਪੂਤ ਆ ਗਏ ਸੋਲੰਕੀਜ਼ ਯ era ਆ ਗਿਆ ਰਾਜਪੂਤ ਆ ਗਏ 1000 ਤੋਂ ਬਾਅਦ 1000 ਤੋਂ 1200 ਦੇ ਵਿੱਚ ਰਾਜਪੂਤ ਆ ਗਏ ਔਰ 1000 ਤੋਂ 1025 ਤੱਕ ਮੁਹੰਮਦ ਗਜਨਵੀ ਨੇ ਭਾਰਤ ਤੇ 17 ਹਮਲੇ ਕੀਤੇ ਫਿਰ ਮੁਹੰਮਦ ਗੋਰੀ ਆ ਗਿਆ ਮੁਹੰਮਦ ਗਜਨਵੀ ਸਿਰਫ ਭਾਰਤ ਨੂੰ ਲੂਟਣ ਆਇਆ ਸੀ ਪਰ ਮੁਹੰਮਦ ਗੋਰੀ ਆਪ ਦੇ ਸਮਰਾਜ ਦਾ ਵਿਸਤਾਰ ਕਰਨਾ ਚਾਹੁੰਦਾ ਸੀ ਉਹਨੇ ਆਪ ਦਾ ਸੇਵਕ ਕੁਤਬੁਦੀਨ ਐਬਕ ਇੱਥੇ ਲਾ ਦਿੱਤਾ ਮੁਹੰਮਦ ਗੋਰੀ ਦਾ ਸਮਾ ਹੋ ਗਿਆ ਕੁਤਬੁਦੀਨ ਐਬਕ ਨੇ ਗੁਲਾਮ ਡਾਇਨਸਟੀ ਗੁਲਾਮ ਵੰਸ਼ ਸਲੇਵ ਡਾਇਨਸਟੀ ਨੂੰ ਸ਼ੁਰੂ ਕੀਤਾ ਠੀਕ ਹੈ ਪਹਿਲੇ ਸਲੇਵ ਆਏ ਫਿਰ ਖਿਲਜੀ ਆਏ ਸਲੇਵ ਤੋਂ ਬਾਅਦ ਫਿਰ ਤੁਗਲਕ ਆਏ ਫਿਰ ਸੈਯਦ ਆਏ ਔਰ ਫਿਰ ਲੋਧੀ ਆਏ ਇਹ ਦਿੱਲੀ ਸਾਮਰਾਜ ਚੱਲ ਰਿਹਾ ਦਿੱਲੀ ਸੰਤਲਤ ਚੱਲ ਰਹੀ ਹੈ ਮੁਹੰਮਦ ਬਿਨ ਤੁਗਲਕ ਆਇਆ ਤੁਗਲਕ ਵੰਸ਼ ਦੇ ਵਿੱਚ ਠੀਕ ਹੈ ਗੁਲਾਮ ਵੰਸ਼ ਦੇ ਰਾਜੇ ਕਿਵੇਂ ਕਿਵੇਂ ਹੈ ਗੁਲਾਮ ਵੰਸ਼ ਦੀ ਟ੍ਰਿਕ ਕੀ ਹੈ ਗੁਲਾਮ ਵੰਸ਼ ਦੀ ਟ੍ਰਿਕ ਕੀਤੀ ਸੀ ਗੁੜ ਖਾ ਤੂ ਸਲੇ ਗੁੜ ਖਾ ਤੂ ਸਲੇ गु आ गया गुलाम गुलाम वंश खा तू आ गया खिलजी तू तू आ गया तुगलक सा तू तु आ गया सैयद और ले तू आ गया लोधी ठीक है दिल्ली संतुलत के पांच वंश गुलाम खिलजी तुगलक सैयद लोधी ਉਨਾਂ ਤੋਂ ਬਾਅਦ ਆ ਗਿਆ ਬਾਬਰ ਬਾਬਰ ਨੇ ਇਬਰਾਹਿਮ ਲੋਧੀ ਨੂੰ ਹਰਾਇਆ ਮੁਗਲ ਸਮਰਾਜ ਸ਼ੁਰੂ ਹੋ ਗਿਆ ਬਾਬਰ ਤੋਂ ਬਾਅਦ ਬਾਬਰ ਦੇ بیٹے ਨੂੰ ਸ਼ੇਰ ਸ਼ਾਹ ਨੇ ਅਦਾਇਆ ਸ਼ੇਰ ਸ਼ਾਹ ਨੇ ਹਮਾਇੂ ਨੂੰ ਹਰਾਇਆ ਚੋਸਾ ਤੇ ਬਿਲਗਰਾਮ ਦੀਆਂ ਲੜਾਈਆਂ 'ਚ 1539 'ਚ ਔਰ ਸੂਰੀ ਸਮਰਾਜ ਸ਼ੁਰੂ ਹੋ ਗਿਆ ਪਰ ਹਮਾਇੂ ਵਾਪਸ ਆਇਆ ਤੇ ਦੁਬਾਰਾ ਮੁਗਲ ਸਮਰਾਜ ਸ਼ੁਰੂ ਹੋ ਗਿਆ ਫਿਰ ਹਮਾਇੂ ਦੀ ਡੈਥ ਹੋ ਗਈ ਲਾਇਬ੍ਰੇਰੀ ਦੀਆਂ ਪੋੜੀਆਂ ਤੂੰ ਡਿੱਗਣ ਕਰਕੇ ਤੋਂ ਦਾ ਬੇਟਾ ਅਕਬਰ ਗੱਦੀ ਤੇ ਬੈਠਾ ਜੋ ਇੱਕ ਮਹਾਨ ਰਾਜਾ ਬਣਿਆ 1556 ਤੋਂ ਲੈ ਕੇ 1605 ਤੱਕ ਜਿਸ ਨੇ ਰਾਜ ਕੀਤਾ ਫਿਰ ਚਾਰ ਗ੍ਰੇਟ ਮੁਗਲ ਆਏ ਅਕਬਰ ਤੋਂ ਬਾਅਦ ਅਕਬਰ ਨੂੰ ਇੱਕ ਅਕਬਰ ਸੀ ਅਕਬਰ ਦਾ ਪੁੱਤਰ ਜਹਾਂਗੀਰ ਜਹਾਂਗੀਰ ਦਾ ਪੁੱਤਰ ਸ਼ਾਹਜਾਹ ਸ਼ਾਹਜਾਹ ਦਾ ਪੁੱਤਰ ਔਰੰਗਜ਼ੇਬ ਠੀਕ ਹੈ ਔਰੰਗਜ਼ੇਬ ਇਹ ਚਾਰ ਗ੍ਰੇਟ ਮੁਗਲ ਆਏ 1556 ਤੋਂ ਲੈ ਕੇ 1707 ਜਦੋਂ ਮੁਗਲ ਸਮਰਾਜ ਆਦੀ ਪੀਕ ਤੇ ਸੀ ਮੁਗਲ ਸਮਰਾਜ ਔਰ ਫਿਰ ਸਰ ਥੋਮਸ ਰਾਇ ਆਏ ਉਹਨੂੰ ট্রেਡਿੰਗ ਰਾਈਟ ਮਿਲ ਗਏ 1615 ਚ ਜਹਾਗੀਰ ਕੋਲ ਜਹਾਗੀਰ ਕੋਲ ਭਾਰਤ ਵਿੱਚ ਬਿਜ਼ਨਸ ਕਰਨ ਦੇ ਲਈ ਟ੍ਰੇਡਿੰਗ ਰਾਈਟ ਮੰਗੇ ਕਿੰਨੇ ਥੋਮਸ ਰੋ ਨੇ ਔਰ ਉਹਨੂੰ ਟ੍ਰੇਡਿੰਗ ਰਾਈਟ ਦੇ ਦਿੱਤੇ ਜਹਾਂਗੀਰ ਨੇ ਉਦੋਂ ਸਦਰਾਂ ਵਾਲੇ ਪਾਸੇ ਸ਼ਿਵਾਜੀ ਨੇ ਮਰਾਠਾ Empire ਨੂੰ ਵਧਾਣਾ ਸ਼ੁਰੂ ਕਰ ਦਿੱਤਾ ਮਰਾਠਾ Empire ਹੋਣ ਦੇ ਚਾਇਆ 1674 ਤੋਂ ਲੈ ਕੇ 1818 ਦੇ ਵਿੱਚ ਫਿਰ ਮੁਗਲਸ ਦਾ ਡਿਕਲਾਈਨ ਆ ਗਿਆ 1707 ਤੋਂ ਲੈ ਕੇ 1857 ਤੱਕ ਔਰ ਬਾਦਰ ਸ਼ਾ ਜਫਰ ਤੇ ਆ ਕੇ ਇਹ ਖਤਮ ਹੋ ਗਏ ਬਾਦਰ ਸ਼ਾ ਦੂਜੇ ਤੇ ਆ ਕੇ ਫਿਰ ਕੁਝ ਰਾਸੀ ਰਿਆਸਤਾਂ ਨੇ ਹੋਂਦ ਜਮਾਈ 1707 ਤੋਂ ਲੈ ਕੇ 1947 ਤੱਕ ਬੰਗਾਲ ਅਲੱਗ ਰਿਆਸਤ ਬਣ ਗਈ ਹైదరాబాద్ ਐਵੇਂ ਅਲੱਗ-ਅਲੱਗ ਰਿਆਸਤਾ ਹੋਂਦ ਦੇ ਚਾਈਆਂ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਸੂਬਾ ਚਲਾਇਆ ਫਿਰ ਫੋਰਨਰ ਆਨੇ ਸ਼ੁਰੂ ਹੋ ਗਏ ਅੱਲੇ ਤੱਕ ਜਿੰਨੇ ਵੀ ਫੋਰਨਰ ਆ ਰਹੇ ਸੀ ਉਹ ਵੈਸਟ ਵੱਲੂ ਆ ਰਹੇ ਸੀ ਇਦਨ ਪਰ ਜਦੋਂ ਅੰਗਰੇਜ਼ ਜਾਂ ਪੁਰਤਗਾਲੀ ਆਨੇ ਸ਼ੁਰੂ ਹੋਏ ਤਾਂ ਉਹ ਐਸ ਪਾਸੂ ਆਏ ਠੀਕ ਹੈ ਐਸ ਪਾਸੂ ਆਏ ਪੁਰਤਗਾਲੀ ਵਾਸਕੋ ਡਿਗਾਮਾ ਭਾਰਤ ਪਹੁੰਚਿਆ ਵਾਸਕੋ ਡਿਗਾਮਾ ਫਿਰ ਡੱਚ ਆਏ ਫ੍ਰੈਂਚ ਆਏ ਪੋਰਟਗੀਜ਼ ਆਏ ਠੀਕ ਹੈ ਸਭ ਤੋਂ ਪਹਿਲੇ ਪੁਰਤਗਾਲੀ ਆਏ ਸੀ ਇਹਦੀ ਟ੍ਰਿਕ ਹੈਗੀ ਹੈ ਪੀ ਡੀ ਈ ਡੀ ਐਫ पीडीईडीएफ पी ਦਾ ਮਤਲਬ ਸਾਨੂੰ ਨਾਲ ਪਹਿਲੇ ਪੁਰਤਗਾਲੀ ਬੀ ਈ ਡੀ ਐਫ ਠੀਕ ਹੈ ਇਹਨਾਂ ਦਾ ਆਰਡਰ ਹੈ ਇੰਗਲਿਸ਼ ਫ੍ਰੈਂਚ ਡੱਚ ਡੇਨਸ ਮੈਨੂੰ ਦੱਸਿਆ ਜੋ ਬੇਟਾ ਇਹਨਾਂ ਚ ਡੱਚ ਕਿਹੜਾ ਹੈ ਤੇ ਡੇਨਸ ਕਿਹੜਾ ਦੱਸਿਆ ਜੋ ਡੱਚ ਕਿਹੜਾ ਹੈ ਉਹ ਡੇਨਸ ਕਿਹੜਾ ਡੱਚ ਪਹਿਲੇ ਆਈ ਸੀ ਕਿ ਡੇਨਸ ਪਹਿਲੇ ਆਈ ਸੀ ਈਸਟ ਇੰਡੀਆ ਕੰਪਨੀ ਨੂੰ ਲੋਰਡ ਕਲਾਈਵ ਆਇਆ ਜਿਨੇ 1757 ਦੀ ਲੜਾਈ ਵਿੱਚ ਸਰਾਜੂ ਦੋਲਾ ਨੂੰ ਹਰਾਇਆ ਤੇ ਈਸਟ ਇੰਡੀਆ ਕੰਪਨੀ ਦਾ ਰਾਜ ਭਾਰਤ ਵਿੱਚ ਸ਼ੁਰੂ ਹੋ ਗਿਆ ਭਾਰਤ ਬ੍ਰਿਟਿਸ਼ ਕਰਾਊਨ ਦੇ ਅੰダー ਆਇਆ 1858 ਤੋਂ ਲੈ ਕੇ 1947 ਤੱਕ ਮਾਦਾਨੀ ਜਿਹੜਾ ਬ੍ਰਿਟਿਸ਼ ਕਰਾਊਨ ਹੈ ਉਹਦੇ ਅੰダー ਰਿਹਾ 1858 ਤੋਂ ਲੈ ਕੇ 1947 ਤੱਕ ਔਰ 1947 1858 ਤੋਂ 1947 ਤੱਕ ਆਜ਼ਾਦੀ ਦਾ ਸੰਘਰਸ਼ ਚੱਲਦਾ ਰਿਹਾ ਔਰ ਬੜੇ سارے ਸ਼ਹੀਦਾਂ ਦੇ ਬਲਦਾਨ ਨਾਲ ਭਾਰਤ ਨੇ ਆਜ਼ਾਦੀ ਲਈ 15 ਅਗਸਤ 1947 ਦੇ ਵਿੱਚ ਤਾਂ ਜਿਹੜਾ ਬੇਟਾ ਵੈਦਿਕ ਕੀ ਦਾ ਹੈ ਆ ਨੀਚੇ ਲਾਈਨ ਲਿਖੀ ਹੋਈ ਹੈ ਮਡੀਵਲ ਪੀਰੀਅਡ ਸਾਨੂੰ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਐਂਸ਼ੀਅੰਟ ਹਿਸਟਰੀ ਕੀ ਹੈ ਮਡੀਵਲ ਹਿਸਟਰੀ ਕੀ ਹੈ ਔਰ ਮੋਡਰਨ ਹਿਸਟਰੀ ਕੀ ਹੈ बेटा एनशियंट हिस्टरी जी मैं इत लिख दिनाशियंट हिस्टरी बिल्कुल एनशियंट तू चलिए पुराने समय तू और हर्षा तक आ जाइए हर्षा तक ये एनशियंट हिस्ट्री है ठीक है और हर्षा तू लैके बारह सौ कुतबुद्दीन ऐबक तू पहले तक कुतबुद्दीन ऐबक तू पहले तक ठीक है ਇਨੂੰ ਪ੍ਰੀ ਮਡੀਵਲ ਪੀਰੀਅਡ ਕਹਿੰਦੇ ਆ ਪ੍ਰੀ ਮਡੀਵਲ ਪੀਰੀਅਡ ਪੂਰਵ ਮੱਧਕਾਲੀਨ ਕਾਲ ਠੀਕ ਹੈ ਔਰ ਮੱਧਕਾਲੀਨ ਕਾਲ ਸ਼ੁਰੂ ਹੋਇਆ ਕਤਬੂਦੀਨ ਐਬਕ 1206 ਤੋਂ ਲੈ ਕੇ 1206 ਤੋਂ ਕਤਬ ਇਹ ਸਮਾਂ ਸਟਾਰਟ ਹੋਇਆ ਠੀਕ ਹੈ ਔਰ 1799 ਤੱਕ 1600 99 ਤੱਕ ਇਹ ਚੱਲਦਾ ਰਿਹਾ ਠੀਕ ਹੈ 1600 ਤੱਕ 18ਵੀਂ ਸਦੀ 'ਚ ਆਪਣੇ ਮਾਡਰਨ ਯ era ਸਟਾਰਟ ਹੋ ਗਿਆ 18ਵੀਂ ਸਦੀ ਦੇ ਵਿੱਚ ਮਾਡਰਨ ਯ era ਸਟਾਰਟ ਹੋ ਗਿਆ ਮੇਨ ਸਮਾਂ ਗਿਨਿਆ ਜਾਂਦਾ 1757 ਜਿਹੜੀ ਪਲਾਸੀ ਦੀ ਲੜਾਈ ਹੈ ਤਾਂ 1757 ਤੋਂ ਲੈ ਕੇ ਹੁਣ ਤੱਕ ਇਹ ਸਾਰਾ ਮਾਡਰਨ ਹਿਸਟਰੀ ਹੈ ਮਾਡਰਨ ਹਿਸਟਰੀ ਹੈ ਮੈਨੂੰ ਸਮਝ ਮੈਨੂੰ ਦੱਸਿਆ ਜੋ ਬੇਟਾ ਕਿ ਇੰਡੀਅਨ ਹਿਸਟਰੀ ਦੇ ਕਿ ਤਿੰਨੋਂ ਪਾਰਟ ਸਮਝ ਲੱਗ ਗਏ ਇਹਨਾਂ ਦੀ ਟਾਈਮ ਲਾਈਨ ਕੀ ਐਂਸ਼ੀਅੰਟ ਹਿਸਟਰੀ ਕਿੱਥੇ ਐ ਮਡੀਵਲ ਕਿੱਥੇ ਐ ਔਰ ਮੋਡਰਨ ਕਿੱਥੇ ਐ ਇੰਡੀਅਨ ਹਿਸਟਰੀ ਦੇ ਵਿੱਚ ਜਿਹੜੀ ਐਂਸ਼ੀਅੰਟ ਹਿਸਟਰੀ ਐ ਉਹ ਪਿੱਛੂ ਦੀ ਚੱਲਾਂਗੇ ਤੇ ਹਰਸ਼ਾ ਤੱਕ ਆ ਜਾਾਂਗੇ ਇਸ ਤੋਂ ਬਾਅਦ ਪ੍ਰੀ ਮਡੀਵਲ ਸਟਾਰਟ ਹੋਏਗਾ ਇਹਦੇ ਵਿੱਚ ਬੜਾ ਕੁਛ ਐ ਚੋਲਾਜ਼ ਹੈਗੇ ਐ ਬੜੀ ਸਾਰੇ ਵੰਸ਼ ਹੈਗੇ ਐ ਛੋਟੇ ਛੋਟੇ ਥਾਵਾ ਤੇ ਕਰਦੇ ਆ ਰਾਜ ਪ੍ਰੀ ਮਡੀਵਲ ਪੀਰੀਅਡ ਵਿੱਚ ਫਿਰ ਮਡੀਵਲ ਪੀਰੀਅਡ ਸਟਾਰਟ ਹੋਏਗਾ 1206 ਚ ਕੁਤਬੁਦੀਨ ਐਬਕ ਤੂੰ ਠੀਕ ਹੈ ਔਰ 1757 ਪਲਾਸੀ ਦੀ ਲੜਾਈ ਤੱਕ ਔਰ ਪਲਾਸੀ ਦੀ ਲੜਾਈ ਤੋਂ ਬਾਅਦ ਸਟਾਰਟ ਹੋ ਗਈ ਮੋਡਰਨ ਹਿਸਟਰੀ 18th ਸੈਂਚਰੀ 'ਚ ਮੋਡਰਨ ਹਿਸਟਰੀ ਸਟਾਰਟ ਹੋ ਗਈ ਭਾਰਤ ਦੀ ਔਰ ਇਸ ਸਮੇਂ ਵੀ ਮੋਡਰਨ ਆਧੁਨਿਕ ਕਾਲ ਚੱਲ ਰਿਹਾ ਮੈਨੂੰ ਦੱਸਿਆ ਜੋ ਕੀ ਇਹ ਸਮਝ ਲੱਗਿਆ ਬੇਟਾ ਜੀ ਦੱਸਿਓ ਕੀ ਇਹ ਸਮੇਂ ਲੱਗੀ ਟਾਈਮ ਲਾਈਨ ਕੀ ਇਹ ਟਾਈਮ ਲਾਈਨ ਸਮਝ ਲੱਗੀ ਜੇ ਇਹਨਾਂ ਨੂੰ ਆਰਡਰ ਇਚ ਲਾਣਾ ਆ ਜਾਵੇ ਲਾ ਸਕਦੇ ਆ ਚਲੋ ਲਾਇਆ ਜੋ ਕੁਛ ਨੂੰ ਆਰਡਰ ਇਚ ਆਰਡਰ ਇਚ ਲਾਇਆ ਜੋ ਮੈਂ ਕੁਛ ਲਿਖਦਾ ਦੱਸਿਆ ਜੋ ਤੁਸੀਂ ਸਾਰਿਆਂ ਨੂੰ ਆਰਡਰ ਇਚ ਲਾਣਾ ਇਹਨਾਂ ਨੂੰ ਜਿਹੜੇ ਜਿਹੜੇ ਮੈਂ ਲਿਖਾਂਗਾ ਮੈਂ ਲਿਖ ਦੇਣਾ ਇੱਥੇ ਨੰਦ ਠੀਕ ਹੈ ਨੰਦਾਸ ਠੀਕ ਹੈ ਇੱਥੇ ਲਿਖ ਦੇਣਾ ਮੋਰੀਆਸ ਮੋਰੇਸ ਇੱਥੇ ਲਿਖ ਦੇਣਾ ਗੁਪਤਾਸ ਗੁਪਤਾਸ ਠੀਕ ਹੈ ਇੱਥੇ ਲਿਖ ਦੇਣਾ ਹੜੀਅੰਕ ਹੜੀਅੰਕ ਡੈਂਸਟੀ ਠੀਕ ਹੈ ਇੱਥੇ ਲਿਖ ਦੇਣਾ ਬ੍ਰਿਧਰਥ ਬ੍ਰਿਧਰਥ ਫਿਰ ਮੈਂ ਲਿਖ ਦੇਣਾ ਇੰਡਸ ਵੈਲੀ ਇੰਡਸ ਵੈਲੀ ਫਿਰ ਮੈਂ ਲਿਖ ਦੇਣਾ ਲੇਟਰ ਵੈਦਿਕ ਲੇਟਰ ਵੈਦਿਕ फिर मैं लिख देना अर्ली वैदिक अर्ली वैदिक फिर लिख दें हर्षा हर्षवर्धना हर्षवर्धन ठीक है फिर लिख देने आप हर्षवर्धन हो गया गुप्ताज हो गए मोरियाज हो गए सात वाहन सात वाहन लिख देना सात वाहन ਸਤਵਾਨਾ ਲਿਖ ਦੇਣਾ ਠੀਕ ਹੈ ਅ ਔਰ ਸੰਗਮ ਅਲੱਗ ਲਿਖ ਦੇਣਾ ਕਿਉਂਕਿ ਸਾਊਥ ਵੱਲੇ ਹੈਗਾ ਸੰਗਮ ਇਹਸ ਅਲੱਗ ਲਿਖ ਦੇਣਾ ਸੰਗਮ ਇਹਜ ਇਹਨੂੰ ਅਲੱਗ ਲਿਖ ਦੇਣਾ ਮੈਨੂੰ ਇਹਨਾਂ ਦੀ ਟਾਈਮ ਲਾਈਨ ਦੱਸਿਆ ਜੋ ਠੀਕ ਹੈ ਸਤਵਾਨਾ ਸਤਵਾਨਾ ਤੋਂ ਬਾਅਦ ਆਪਾਂ ਲਿਖ ਦੀਏ ਚੋਲਾਸ ਦਾ ਟਾਈਮ ਬੈਟਲ ਆਫ ਕਨੋਜ਼ ਦਾ ਸਮਾਂ ਲਿਖ ਦੇਣਾ ਬੈਟਲ ਆਫ ਕਨੋਜ਼ ਜਦੋਂ ਤਿੰਨ ਵੰਸ਼ਾਂ ਦੇ ਵਿੱਚ ਕਨੋਜ਼ ਦੀ ਲੜਾਈ ਚੱਲੀ ਹੈ ਚੋਲਾ एंपਾਇਰ ਚੋਲਾ एंपਾਇਰ ਦਾ ਸਮਾ ਚੋਲਾ एंपਾਇਰ ਠੀਕ ਹੈ ਮੈਨੂੰ ਦੱਸਿਆ ਜੋ ਬੇਟਾ ਕੀ ਇਹਨਾਂ ਦੀ ਟਾਈਮ ਲਾਈਨ ਕਲੀਅਰ ਹੈ ਕਿ ਕਦੂ ਕਦੂ ਅਲੈਗਜ਼ੈਂਡਰ ਦਾ ਹਮਲਾ ਅਲੈਗਜ਼ੈਂਡਰ ਸਿਕੰਦਰ ਨੇ ਜਦੋਂ ਹਮਲਾ ਕੀਤਾ ਅਲੈਗਜ਼ੈਂਡਰ ਸ਼ਿਸ਼ੂਨਾਗ ਡਾਇਨਸਟੀ ਸ਼ੀਸ਼ੂਨਾਕ ਡੈਂਸਟੀ ਸ਼ੀਸ਼ੂਨਾਕ ਠੀਕ ਹੈ ਦੱਸਿਆ ਜੋ ਅੱਛਾ ਐਨਾਂ ਚ ਇਹ ਦੱਸ ਦੋ ਸਾਲ ਨਾਲ ਪਹਿਲੇ ਕਿਹੜਾ ਆਏਗਾ ਐਨਾਂ ਚ ਸਾਰਿਆਂ ਚ ਇਹ ਜਿੰਨੇ ਲਿਖਿਆ ਐਨਾਂ ਚ ਸਾਲ ਨਾਲ ਪਹਿਲੇ ਕਿਹੜੀ ਘਟਨਾ ਆਏਗੀ ਐਨਾਂ ਚ ਜਿੰਨੇ ਲਿਖਿਏ ਨੰਦਾਸ ਮੋਰੀਆਸ ਗੁਪਤਾਸ ਹਰਿਅੰਖ ਬ੍ਰਿਧਰਥਾ ਇੰਡਸ ਵੈਲੀ ਸਿੰਧੂ ਘਾਟੀ ਦੀ ਸ਼ਬਦਾਂ ਲੇਟਰ ਵੈਦਿਕ ਅਰਲੀ ਵੈਦਿਕ ਹਰਸ਼ਵਰਧਨਾ ਸਾਤਵਾਨਾ ਬੈਟਲ ਆਫ ਕਨੋਜ ਚੋਲਾ ਐਮਪਾਇਰ ਅਲੈਗਜ਼ੈਂਡਰ ਸ਼ੀਸ਼ੂਨਾਗ ਦੱਸਿਆ ਜੋ ਇਹਨਾਂ ਚੋਂ ਸਾਨਾਲ ਪਹਿਲੀ ਘਟਨਾ ਇਹ ਵਾਲੀ ਇੰਡਸ ਵੈਲੀ 2500 ਤੋਂ ਲੈ ਕੇ 1500 ਕਹਿ ਦੋ 1750 ਕਹਿ ਦੋ ਇੰਡਸ ਵੈਲੀ ਇੰਡਸ ਵੈਲੀ ਤੋਂ ਬਾਅਦ ਕਿਨੂੰ ਲਗਾਓਗੇ ਇਹਨਾਂ ਘਟਨਾਵਾਂ ਵਿੱਚੋਂ ਬ੍ਰਿਧਰਥ ਨੂੰ ਜਿੰਦਾ ਸਮਾਂ ਨਹੀਂ ਪਤਾ ਬ੍ਰਿਧਰਥ ਨੂੰ ਬ੍ਰਿਧਰਥ ਤੋਂ ਬਾਅਦ ਕਿਨੂੰ ਲਗਾਵਾਂਗੇ ਹਰਿਆੰਕ ਨੂੰ ਹਰਿਆੰਕ ਡੈਨਸਿਟੀ ਨੂੰ ਹਰਿਆੰਕ ਤੋਂ ਬਾਅਦ ਕਿਨੂੰ ਲਾਵਾਂਗੇ ਸ਼ੀਸ਼ੂਨਾਗ ਡੈਨਸਿਟੀ ਸ਼ੀਸ਼ੂਨਾਗ ਸ਼ੀਸ਼ੂਨਾਗ ਤੋਂ ਬਾਅਦ ਕਿਹਨੂੰ ਲਾਵਾਂਗੇ ਨੰਦ ਨੂੰ ਨੰਦ ਨੂੰ ਲਾਵਾਂਗੇ ਅੱਛਾ ਉਹ ਰਹਿ ਗਏ ਸੱਚ Indus Valley ਤੋਂ ਬਾਅਦ ਅਰਲੀ ਵੈਦਿਕ ਤੇ ਲੇਟਰ ਵੈਦਿਕ ਹੈ ਨਾ ਅਰਲੀ ਵੈਦਿਕ ਤੇ ਲੇਟਰ ਵੈਦਿਕ ਉਹ ਪਹਿਲੇ ਆਨਗੇ ਸਾਨਾਲ ਪਹਿਲੇ ਆਏਗਾ Indus Valley ਫਿਰ ਆਏਗਾ ਅਰਲੀ ਵੈਦਿਕ ਫਿਰ ਆਏਗਾ ਲੇਟਰ ਵੈਦਿਕ ਠੀਕ ਹੈ ਇਹਦੇ ਤੋਂ ਬਾਅਦ ਬ੍ਰਿਦਰਥ ਹਰਯੰਕ वृद्धरथ हरियंक शिशुनाग नंद इस तू बाद आ गया वृद्धरथ हरियंक हरियंक डायनेस्टी हरियंक तू बाद आ गया वृद्धरथ हरियंक शिशुनाग 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 तू बाद आ गया नंद नंद डायनेस्टी ਨੰਦ ਤੋਂ ਬਾਅਦ ਆਗੇ ਮੋਰੀਆਸ ਨੰਦ ਤੋਂ ਬਾਅਦ ਆਗੇ ਮੋਰੀਆਸ ਮੋਰੀਆਸ ਡਾਇਨਸਟੀ ਠੀਕ ਹੈ ਮੋਰੀਆਸ ਡਾਇਨਸਟੀ ਮੋਰੀਆਸ ਡਾਇਨਸਟੀ ਤੋਂ ਬਾਅਦ ਆ ਗਿਆ ਮੋਰੀਆਸ ਡਾਇਨਸਟੀ ਤੋਂ ਬਾਅਦ ਐਨ ਐਚ 2 ਮੋਰੀਆਸ ਤੋਂ ਬਾਅਦ 7 ਵਾਹਨਾ 7 ਵਾਹਨਾ 0 ਦੇ ਵਿੱਚ ਹੈਗਾ ਸੀ 7 ਵਾਹਨਾ 7 ਵਾਹਨਾ ਡਾਇਨਸਟੀ ਮੌਰੀਆਸ ਤੋਂ ਪਹਿਲੇ ਨੰਦ ਤੇ ਮੌਰੀਆਸ ਦੇ ਵਿੱਚ ਅਲੈਗਜ਼ੈਂਡਰ ਆ ਗਿਆ 326 BC ਦੇ ਵਿੱਚ 326 BC ਦੇ ਵਿੱਚ ਮੌਰੀਆਸ ਆਗੇ ਮੌਰੀਆਸ ਤੋਂ ਬਾਅਦ 7 ਵਾਹਨਾ ਆ ਗਿਆ 7 ਵਾਹਨਾ ਤੋਂ ਬਾਅਦ ਗੁਪਤਾ ਆ ਜਾਣਗੇ ਗੁਪਤਾਸ ਗੁਪਤਾ ਆ ਜਾਣਗੇ ਔਰ ਗੁਪਤਾ ਤੋਂ ਬਾਅਦ ਹਰਸ਼ਾ ਆ ਜਾਏਗਾ ਗੁਪਤਾ ਤੋਂ ਬਾਅਦ ਕੀ ਆ ਜਾਏਗਾ ਹਰਸ਼ਾ ਦੱਸਿਆ ਜੋ ਬੇਟਾ ਕੀ ਇਹ ਕਰੋਨੋਲੋਜੀ ਸਮਝ ਲੱਗੀ ਆ ਨਹੀਂ ਬੇਟਾ ਜੀ ਕਰੋਨੋਲੋਜੀ ਸਮਝ ਲੱਗੀ ਆ ਨਹੀਂ ਯਾ ਟਫ ਲੱਗਿਆ ਦੱਸਿਆ ਜੋ ਕੀ ਇਹ ਕਰੋਨੋਲੋਜੀ ਸਮਝ ਲੱਗੀ ਕਿਉਂਕਿ ਮੈਂ ਸਮਝਦਾ ਬਈ ਹਿਸਟਰੀ ਕਰਨ ਤੋਂ ਪਹਿਲੇ ਸਾਨੂੰ ਉਹ ਟਾਈਮ ਲਾਈਨ ਜੀ ਕਲੀਅਰ ਹੋਣੀ ਚਾਹੀਦੀ ਹੈ ਕਿ ਕਿੱਥੇ ਕਿਹੜੀਆਂ ਘਟਨਾਵਾਂ ਹੋਈਆਂ ਕਿਉਂ ਹੋਈਆਂ ਫਿਰ ਉਹਨਾਂ ਦੇ ਵਿੱਚ ਆਪਾਂ ਇੱਕ ਇੱਕ ਨੂੰ ਐਕਸਪਲੇਨ ਕਰਾਂਗੇ ਵੀ ਕਿੱਥੇ ਕੀ ਹੋ ਰਿਹਾ ਹੈ ਤਾਂ ਦੱਸਿਆ ਜੋ ਬੇਟਾ ਜੀ ਦੱਸੋ ਜੀ ਜੇ ਜੀ ਐਂਸ਼ੀਅੰਟ ਹਿਸਟਰੀ ਦੀ ਇਹ ਆਪਾਂ ਕੀਤੀ ਹੈ ਟਾਈਮ ਲਾਈਨ ਕੀ ਇਹ ਸਮਝ ਲੱਗੀ ਜਾਂ ਨਹੀਂ ਔਰ ਸੰਗਮ ਇਸ ਦਾ ਟਾਈਮ ਵੀ ਦੱਸਿਆ ਜੋ ਸੰਗਮ ਇਸ ਕਿੰਨੇ ਸੰਗਮ ਹੋਏ ਇਹ ਵੀ ਦੱਸਿਆ ਜੋ ਸੰਗਮ ਇਸ ਬਾਰੇ ਦੱਸਿਆ ਜੋ ਕਿੰਨੇ ਸੰਗਮ ਹੋਏ ਇਹ ਵੀ ਦੱਸਿਆ ਜੋ ਤੇ ਸੰਗਮ ਇਸ ਦੇ ਚ ਕਿਹੜੀਆਂ ਤਿੰਨ ਡਾਇਨਸਟੀਆਂ ਹੈਗੀਆਂ ਸੰਗਮ ਇਸ ਦੇ ਵਿੱਚ ਉਹ ਵੀ ਦੱਸਿਆ ਜੋ ਏਰੀਆ ਕਿਹੜਾ ਹੈ ਗਿਆ ਉਹ ਵੀ ਦੱਸਿਆ ਜੋ ਸ਼ਾਬਾਸ਼ ਦੱਸਿਆ ਜੋ ਬੇਟਾ ਜੇ ਐਂਸ਼ੀਅੰਟ ਹਿਸਟਰੀ ਦੇ ਕੋਈ ਵੀ ਵੰਸ਼ ਲਿਖੇ ਜਾਣ ਕੀ ਉਹਦੀ ਕਰੋਨੋਲੋਜੀ ਲਗਾ ਲੋਗੇ ਜੇ ਐਂਸ਼ੀਅੰਟ ਹਿਸਟਰੀ ਦੇ ਕੋਈ ਵੀ ਵੰਸ਼ ਦੱਸੇ ਜਾਣ ਕੀ ਉਸ ਦੀ ਕਰੋਨੋਲੋਜੀ ਲਗਾ ਲਾਂਗੇ ਅਸੀਂ ਬਾਕੀ ਜਾਣਕਾਰੀ ਤਾਂ ਚਲੋ ਆਪਾਂ ਹੋਲੀ ਹੋਲੀ ਇਕੱਠੀ ਕਰਾਂਗੇ ਜੇ ਐਂਸ਼ੀਅੰਟ ਹਿਸਟਰੀ ਦੇ ਵਿੱਚ ਕੋਈ ਵੀ ਵੰਸ਼ ਦੱਸੇ ਜਾਣ ਇਹਨਾਂ ਵੰਸ਼ਾਂ ਦੇ ਵਿੱਚੋਂ ਤਾਂ ਉਹਨਾਂ ਨੂੰ ਕਰੋਨੋਲੋਜੀ ਵਿੱਚ ਲਗਾ ਲਾਂਗੇ ਦੱਸਿਓ ਬੇਟਾ ਗੁੱਡ ਵੈਰੀ ਗੁੱਡ ਔਰ ਇਹ ਦੱਸਿਆ ਜੋ ਬੇਟਾ ਜਿਹਦਾ ਅੱਜ ਦਾ ਲੈਕਚਰ ਹੈ ਉਹ ਕਿਵੇਂ ਲੱਗਿਆ ਹੁਣ ਆਪਾਂ ਮਤਲਬ ਕਿ ਪਹਿਲੇ ਮੈਂ ਟਾਈਮ ਲਾਈਨ ਹੀ ਕਰਵਾਵਾ ਕਿਉਂਕਿ ਮੈਂ ਐਂਸ਼ੀਅੰਟ ਦੀ ਟਾਈਮ ਲਾਈਨ ਕਰਵਾਈ ਹੈ ਕਿ ਮਡੀਵਲ ਦੀ ਟਾਈਮ ਲਾਈਨ ਫਿਰ ਮੋਡਰਨ ਦੀ ਟਾਈਮ ਲਾਈਨ ਐਵੇਂ ਕਰਵਾਵਾ ਜਾਂ ਹਿਸਟਰੀ ਦਾ ਇੱਕ ਪਾਰਟ ਸ਼ੁਰੂ ਕਰ ਦਿਆਂ ਐਸ ਯੂ ਵਿਸ਼ ਜਿਵੇਂ ਤੁਸੀਂ ਕਹੋ ਜਿਵੇਂ ਤੁਹਾਨੂੰ ਇੱਕ ਰਫ ਜਿਹਾ ਬੇਟਾ ਹਿਸਟਰੀ ਕਰਨੀ ਅੱਲੇ ਆਪਾਂ ਸਟਾਰਟ ਕਰਨੀ ਹੈ ਮੈਂ ਸਿਰਫ ਇੱਕ ਹੁੰਦਾ ਫਰੇਮ ਬਣਾ ਰਿਹਾ ਬਾਅਦ ਵਾਲਾ ਬਾਅਦ ਵਾਲਾ ਜਿੰਦੇ ਵਿੱਚ ਡਾਟਾ ਭਰਿਆ ਜਾਏਗਾ ਠੀਕ ਹੈ ਤੋ ਬਾਦ ਅਲਾ ਫਰੇਮ ਬਣਾਇਆ ਜਾ ਰਿਹਾ ਜਿੰਦੇ ਚ ਫੋਟੋਆਂ ਲੱਗਣੀਆਂ ਠੀਕ ਹੈ ਜਿੰਦੇ ਚ ਜਾਣਕਾਰੀ ਹਲੇ ਪਾ ਨਹੀਂ ਆਪਾਂ ਪਰ ਉਹ ਫਰੇਮ ਅ ਅੱਛਾ ਤਿਆਰ ਹੋਣਾ ਚਾਹੀਦਾ ਸਾਨੂੰ ਪਤਾ ਹੋਣਾ ਚਾਹੀਦਾ ਕਿੱਥੇ ਕੀ ਕੀ ਹੋਇਆ ਤਾਂ ਕਿ ਉਹਨਾਂ ਦੇ ਵਿੱਚ ਜਦੋਂ ਇਨਫੋਰਮੇਸ਼ਨ ਆਵੇ ਤਾਂ ਅਸੀਂ ਉਹਨੂੰ ਰਿਲੇਟ ਕਰ ਪਾਈਏ ਵੀ ਕਿੰਦੇ ਨਾਲ ਕਿਹੜੀਆਂ ਚੀਜ਼ਾਂ ਹੋ ਰਹੀਆਂ ਦੱਸਿਓ

ਸ਼ਾਇਦ ਮੈਂ ਟਾਈਮਲਾਈਨ ਦੇ ਉੱਪਰ ਟਾਈਮ ਲਗਾ ਰਿਹਾ ਬਈ ਤੁਹਾਡੇ ਮਾਈਂਡ ਵਿੱਚ ਇਹ ਚੀਜ਼ਾਂ ਸੈੱਟ ਹੋ ਸਕਣ ਠੀਕ ਹੈ ਹਾਂਜੀ ਨੈਕਸਟ ਜਿਹੜਾ ਲੈਕਚਰ ਹੈ ਉਹ ਆਪਾਂ ਮੰਡੇ ਨੂੰ ਲਗਾਵਾਂਗੇ ਠੀਕ ਹੈ ਮੰਡੇ ਨੂੰ ਲਗਾਵਾਂਗੇ ਉਹ ਦੇਖਦੇ ਆਂ ਵੀ ਟਾਈਮ ਲਾਈਨ ਨੂੰ ਕੰਟੀਨਿਊ ਕਰਦੇ ਆਂ ਕਿ ਜਿਵੇਂ ਤੁਹਾਡਾ ਰਿਸਪੌਂਸ ਹੋਇਆ ਟਾਈਮ ਲਾਈਨ ਨੂੰ ਕੰਟੀਨਿਊ ਕਰਾਂਗੇ ਜਾਂ ਹਿਸਟਰੀ ਦਾ ਇੱਕ ਪਾਰਟ ਸ਼ੁਰੂ ਕਰ ਲਾਂਗੇ ਐਂਸ਼ੀਅੰਟ ਮਡੀਵਲ ਜਾਂ ਮਾਡਰਨ ਠੀਕ ਹੈ ਜਿਹੜਾ ਕਹੋਗੇ ਉਹ ਪਾਰਟ ਸ਼ੁਰੂ ਕਰ ਲਾਂਗੇ ਐਂਸ਼ੀਅੰਟ ਮਡੀਵਲ ਜਾਂ ਮਾਡਰਨ ਜਿਹੜਾ ਵੀ ਕਹੋਗੇ ਰਾਜ ਹੰਡਾ ਜੀ ਦੱਸਿਆ ਜੋ ਬੇਟਾ ਕਿਹੜਾ ਟਾਈਮ ਨਹੀਂ ਪਤਾ ਲੱਗਿਆ ਬੇਟਾ ਜੀ ਅੱਜ ਨਾ ਲਿੰਕ ਥੋੜਾ ਯਾ ਕਰਪਟ ਹੋ ਗਿਆ ਸੀ ਉਹਦੇ ਕਰਕੇ 10 15 ਮਿੰਟ ਜਿਹੜੀ ਕਲਾਸ ਹੈ ਉਹ ਲੇਟ ਸਟਾਰਟ ਹੋਈ ਠੀਕ ਹੈ 10 ਕੁ ਮਿੰਟ ਜਿਹੜੀ ਕਲਾਸ ਲੇਟ ਸਟਾਰਟ ਹੋਈ ਹੈ ਰਾਜ ਹੰਡਾ ਜੀ ओरिजिनल ਲਿੰਕ ਕਰਪਟ ਹੋ ਗਿਆ ਸੀ ਠੀਕ ਹੈ ਅੱਪਾ ਜਿਹੜਾ ਇਹ ਲੈਕਚਰ ਰੱਖਾਂਗੇ ਉਹ ਇਹੀ ਟਾਈਮ ਰੱਖਿਆ ਹੋਇਆ ਹੈ 7:15 ਠੀਕ ਹੈ 7:15 ਤੇ ਅ ਜਦ ਜਨੀ ਬਾਂਸਲ ਜੀ ਨੂੰ ਟਫ ਲੱਗਿਆ ਕੋਈ ਗੱਲ ਨਹੀਂ ਟਫ ਨੂੰ ਹੌਲੀ-ਹੌਲੀ ਆਪਾਂ ਆਸਾਨ ਬਣਾਵਾਂਗੇ ਠੀਕ ਹੈ ਬੜੇ ਸਾਰੀਆਂ ਨਮੈਨਿਕ ਸੈੱਟ ਕਰਾਂਗੇ ਇਹਨਾਂ ਚੀਜ਼ਾਂ ਦੇ ਲਈ ਠੀਕ ਹੈ ਤਮੈ ਇਹ ਨਹੀਂ ਕਹਿੰਦਾ ਬਈ ਜੋ ਮੈਂ ਕਰਵਾਇਆ ਬਈ ਕਿਉਂਕਿ ਸਾਰੀ ਇਨਫੋਰਮੇਸ਼ਨ ਐਂਸ਼ੀਅੰਟ ਹਿਸਟਰੀ ਦੀ ਸਾਰੀ ਇਨਫੋਰਮੇਸ਼ਨ ਦੋ ਲੈਕਚਰ ਦੇ ਵਿੱਚ ਤਾਂ ਇਟ ਕੁਡ ਨਾਟ ਬੀ ਪੋਸੀਬਲ ਠੀਕ ਹੈ ਤਾਂ ਇੱਕ ਬਸ ਇੱਕ ਰਫ ਜਾਂ ਆਈਡੀਆ ਲਗਣਾ ਕਿ ਕਿਹੜੇ ਵੰਸ਼ ਕਿੱਥੇ ਹੋਏ ਐ ਇਹ ਟਾਰਗੇਟ ਹੈ ਠੀਕ ਹੈ ਜੀ ਚਲੋ ਜੀ ਡਨ ਜੇ ਅੱਛਾ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਠੀਕ ਹੈ ਜੇ ਅੱਛਾ ਲੱਗਿਆ ਹੋਵੇ ਤਾਂ ਔਰ ਫੀਡਬੈਕ ਜ਼ਰੂਰ ਦੇ ਆਜੋ ਕਿ ਨੈਕਸਟ ਆਪਾਂ ਕੀ ਸਟਾਰਟ ਕਰੀਏ ਟਾਈਮ ਲਾਈਨ ਮਡੀਵਲ ਤੇ ਮੋਡਰਨ ਦੀ ਟਾਈਮ ਲਾਈਨ ਕਰੀਏ ਕਿ ਕੋਈ ਹਿਸਟਰੀ ਦਾ ਇੱਕ ਪਾਰਟ ਸਟਾਰਟ ਕਰਦੀ ਪਹਿਲੇ ਆਪਾਂ ਜਿਹੜੀ ਇਹ ਤਿੰਨੋਂ ਹਿਸਟਰੀ ਚੱਲਦੀਆਂ ਇੱਕ ਮੈਂ ਪੰਜਾਬ ਹਿਸਟਰੀ ਅਲੱਗ ਸਟਾਰਟ ਕੀਤੀ ਹੋਈ ਹੈ ਉਹ ਦੇਖਾਂਗੇ ਪੰਜਾਬ ਦੇ ਬਾਅਦ ਸ਼ਾਇਦ ਵਰਲਡ ਆਈ ਹੈ ਇੰਡੀਅਨ ਹਿਸਟਰੀ ਅਲੱਗ ਚਲਾਵਾਂਗੇ ਠੀਕ ਹੈ ਇੰਡੀਅਨ ਹਿਸਟਰੀ ਅਲੱਗ ਚਲਾਵਾਂਗੇ